ਸਸਿਕਾ ਮਿੱਤਰੋ ਕੀ ਹਾਲ ਚਾਲ ਕਾਇਮ ਜੇ ਟੈਂਡ ਜੇ ਲੋ ਬਾਈ ਆਪਾਂ ਯਾਰਡ ਚ ਆ ਗਏ ਆ ਟ੍ਰਿਪ ਆਪਾਂ ਸ਼ੁਰੂ ਕਰਤਾ ਤੇ ਗੱਲ ਇਦਾਂ ਅੱਜ ਬਹੁਤ ਸਨੋ ਪੈ ਜਾਂਦੀ ਆ ਪਹਿਲੀ ਸਨੋ ਆਪਣੀ ਵੀ ਵਿੰਟਰ ਦੀ ਮੈਂ ਤਾਂ ਆਪਣੇ ਟਰੱਕ ਚ ਮਤਲਬ ਇਹ ਕੱਪੜੇ ਪਾ ਕੇ ਆਇਆ ਪਰ ਚਲੋ ਟਰੱਕ ਚ ਮੈਂ ਮੋਟੀ ਜੈਕਟ ਰੱਖੀ ਹੁੰਦੀ ਆ ਕਿਉਂਕਿ ਐਨੀ ਟਾਈਮ ਕਿਤੇ ਵੀ ਲੋੜ ਪੈ ਸਕਦੀ ਆ ਦਿਸ ਇਜ਼ ਕਾਲਡ ਕੈਨੇਡਾ ਬਸ ਹੁਣ ਤੁਰ ਪਿਆ ਯਾਰਡ ਚ ਨਿਕਲਦਾ ਆਪਾਂ ਤੁਹਾਨੂੰ ਮੈਂ ਵਿਖਾਉਂਦਾ ਪਹਿਲਾਂ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤ ਆ ਜਾਓ ਯਾਰਡ 'ਚ ਆਪਾਂ ਨਿਕਲਣ ਲੱਗੇ ਮਿੱਤਰੋ ਸਨੋ ਤਾਂ ਅੱਜ ਪੈ ਗਈ ਹੈ ਪਹਿਲੀ ਸਨੋ ਸ਼ੁਰੂ ਹੋ ਗਈ ਆਪਣੀ ਚਲੋ ਮੈਂ ਜਿਹੜਾ ਕੱਢਾਂ ਟਰੱਕ ਤੋਂ ਫਿਰ ਕਰਦੇ ਗੱਲਾਂ ਬਾਤਾਂ ਸਨੋ 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 ਕਿਆ ਹੀ ਬਾਤ ਭਾਈ ਇਹ ਟੈਂਕੀ ਦੇਖੋ ਆਪਣੇ ਤੇਲ ਦੀ ਕੰਮ ਡਨ ਹੀ ਹੈ ਤੇਲ ਵਾਲੀ ਲਾਈਟ ਵੀ ਜਗਦੀ ਪਈ ਹੈ ਅਤੇ ਪੰਪ ਇੱਥੋਂ ਆਪਣੇ ਤੋਂ ਹੈਗਾ 29 ਕਿਲੋਮੀਟਰ ਦੂਰ ਹੁਣੇ ਪਤਾ ਨਹੀਂ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਲੈਟਸ ਸੀ ਬਾਕੀ ਵੇਖਦੇ ਹੁਣ ਉੱਥੇ ਪੰਪ 'ਤੇ ਜਾ ਕੇ ਕਰਦੇ ਗੱਲਾਂ ਬਾਤਾਂ ਮੈਂ ਇਹਨਾਂ ਨੂੰ ਕਿਸੇ ਤਰੀਕੇ ਪਹੁੰਚਾ ਦੇਵਾਂ ਪੰਪ 'ਤੇ ਹੋਰ ਵੀ ਮਿੱਤਰੋ ਟਿਮ ਦੀ ਚਾਹ ਚੱਕ ਲਈ ਆਪਾਂ ਗਰਮ ਗਰਮ ਠੰਡੇ ਠੰਡੇ ਮਾਹੌਲ 'ਚ ਗਰਮ ਗਰਮ ਚਾਹ ਟਿਮ ਨੇ ਗਲਾਸ ਬਦਲਦੇ ਬਾਈ ਅੱਗੇ ਰੈੱਡ 'ਚ ਵੇਖਣ ਨਾ ਤੁਸੀਂ ਹੁਣ ਆਹ ਚਿੱਟੇ 'ਚ ਕਰਦੇ ਇਹਨਾਂ ਨੇ ਉੱਤੇ ਲਿਖਿਆ ਕੀ ਆ ਦੇਅਰ ਸੋ ਨੋ ਪਲੇਸ ਲਾਈਕ ਟਿਮਸ ਓਕੇ ਓਕੇ ਸਵਾਦ ਕੰਮ ਘੈਂਟ 'ਚ ਕੰਮ ਘੈਂਟ ਯਾਰ ਇਹ ਸਨੋ ਦੇਵੇਂ ਪੈ ਗਈ ਯਾਰ ਮੈਂ ਕੱਪੜੇ ਤਾਂ ਮੋਟੇ ਲਿਆਂਦੇ ਨਾਲ ਵੈਸੇ ਪਰ ਅੱਜ ਪੈਣੀ ਨਹੀਂ ਚਾਹੀਦੀ ਚਲੋ ਕੀ ਕਰ ਸਕਦੇ ਹੋਰ ਬਾਈ ਸਾਰੇ ਵਧੀਆ ਜੇ ਠੀਕ ਠਾਕ ਜੇ ਪਰ ਨਾ ਅੱਜ ਯਾਰ ਮੈਂ ਢਿੱਲਾ ਜਿਹਾ ਬੰਨਿਆ ਪਰ ਚਲੋ ਕੋਈ ਨਹੀਂ ਚੱਲੂ ਕੰਮ ਹਾਂ ਬਾਈ ਦੱਸਿਆ ਨਹੀਂ ਆਪਾਂ ਲੋਡ ਚੁੱਕਣਾ ਪਹਿਲਾਂ ਤਾਂ ਤੇਲ ਪਾ ਲਈਏ ਫਿਰ ਆਪਾਂ ਲੋਡ ਬ੍ਰੈਂਪਟਨ ਚੁੱਕਣਾ ਅਤੇ ਜਾਣਾ ਲੋਡ ਅਮਰੀਕਾ ਸਾਊਥ ਕੈਰੋਲੀਨਾ ਇਹ ਉੱਥੇ ਜਾਣਾ ਅਤੇ ਡਰਾਈਵ ਮੇਰੇ ਹਿਸਾਬ ਨਾਲ ਬਾਈ ਸਾਰੀ ਹੈਗੀ ਆ ਸਾਊਥ ਕੈਰੋਲੀਨਾ ਦੀ 12-13 ਸੌ ਕਿਲੋਮੀਟਰ ਆ ਸੋ ਆਪਾਂ ਅੱਜ ਡਰਾਈਵ ਕਰਾਂਗੇ ਕੱਲ੍ਹ ਸ਼ਾਮੀ ਉੱਥੇ ਪਹੁੰਚ ਜਾਂਗੇ ਜੇ ਕੱਲ੍ਹ ਡਿਲੀਵਰੀ ਲੈ ਲਈ ਠੀਕ ਆ ਨਹੀਂ ਤਾਂ ਪਰ ਪਰਸੋਂ ਅਰਲੀ ਮਾਰਨਿੰਗ ਡਿਲੀਵਰੀ ਕਰਕੇ ਉੱਥੋਂ ਲੋਡ ਚੁੱਕ ਕੇ ਫਿਰ ਵਾਪਸ ਆ ਜਾਂਗੇ ਕੈਨੇਡਾ ਨੂੰ ਠੀਕ ਆ ਜੀ ਅਤੇ ਬਸ ਇੰਨਾ ਕੀ ਆ ਪਹਿਲਾਂ ਮੈਂ ਜਿਹੜਾ ਤੇਲ ਤੂਲ ਪਵਾਉਣਾ ਅਤੇ ਨਾਲ ਨਾਲ ਚਾਹ ਦਾ ਸਵਾਦ ਲੈਣਾ ਥੋੜ੍ਹਾ ਜਿਹਾ ਠੀਕ ਆ ਮਿੱਤਰੋ ਮੈਂ ਚਲੋ ਕਰਦਾ ਤੁਹਾਡੇ ਨਾਲ ਗੱਲਬਾਤ ਠੀਕ ਆ ਆ ਜਾਓ ਸਨੋ ਦੇਖੋ ਸ਼ਾਹ ਜੀ ਸਨੋ ਵੇਖੋ ਤੁਸੀਂ ਬਣਿਆ ਨਾ ਕੰਮ ਪੂਰਾ ਮਨਾਲੀ ਵਾਲਾ ਇੱਥੇ ਨਵੰਬਰ ਦੇ ਮਹੀਨੇ ਬਣ ਗਿਆ ਵੈਸੇ ਤਾਂ ਮੈਂ ਬਾਈ ਥੋੜ੍ਹੇ ਪਿਛਲੇ ਵਲੋਗ ਐਡਮਿੰਟਾਂ ਵਾਲੇ ਵਲੋਗ 'ਚ ਕਹਿ ਰਿਹਾ ਮੈਂ ਥੋੜ੍ਹੇ ਦਿਨ ਖੜ੍ਹ ਜਾਓ ਟੋਰਾਂਟੋ ਵੀ ਆ ਹੀ ਲਓ ਸਨੋ ਪਹਿਲਾਂ 3 ਵੀਕ ਦੀ ਗੱਲ ਜੀ ਆ ਗਈ ਸਨੋ ਬਸ ਹੁਣ ਸਨੋ 'ਚ ਬਾਈ ਜੀ ਜਾਮ ਹੀ ਲੱਗਿਆ ਕਰਨੇ ਹੋਰ ਤਾਂ ਕੁਛ ਲੱਗਿਆ ਨਹੀਂ ਕਰਨਾ ਜਾਮ ਹੀ ਜਾਮ ਮਿਲਿਆ ਕਰਨੇ ਸਾਰੇ ਬੰਨੇ ਬਾਕੀ ਚਲੋ ਤੇਲ ਪਾਈਏ ਬਿਨਾਂ ਤੇਲ ਫਿਰ ਨਾ ਗਿੱਲੀਆਂ ਨੀ ਹੁੰਦੀਆਂ ਜੈਕਟਾਂ ਇਹ ਪਾਣੀ ਨਾ ਥੱਲੇ ਨਿਕਲ ਜਾਂਦਾ ਸਾਰੇ ਸਾਰਾ ਅਜੇ ਤਾਂ ਜੈਕਟਾਂ ਪੂਰੀ ਹੋਣਾ ਕੰਮ ਸੈੱਟ ਤੇਲ ਆਪਣਾ ਪੈ ਜਾਂਦੇ ਮਸ਼ੀਨ ਆਪਣੀ ਚੱਲਦੀ ਵੀ ਆ ਬਾਈ ਤੇਲ ਆਪਾਂ ਪਵਾ ਲਿਆ 273 ਕੁ ਲੀਟਰ ਤੇਲ ਪਵਾਇਆ ਆਪਾਂ ਤੇਲ ਆਪਾਂ 273 ਕੀ ਪਵਾਇਆ ਮਤਲਬ 1 ਕੁਆਟਰ ਟੈਂਕੀ ਹੋ ਗਈ ਬਾਈ ਅਮਰੀਕਾ ਜਾ ਕੇ ਤੇਲ ਪਵਾਵਾਂਗੇ ਕਿਉਂਕਿ ਇੱਥੇ ਤੇਲ ਹੈਗਾ ਮਹਿੰਗਾ ਕੈਨੇਡਾ ਤੇਲ ਮਹਿੰਗਾ ਵਾ ਅਤੇ ਅਮਰੀਕਾ ਸਸਤਾ ਸੋ ਆਪਾਂ ਥੋੜ੍ਹਾ ਜਿਹਾ ਪਵਾ ਲਿਆ ਜਿਹੜਾ ਅਮਰੀਕਾ ਜਾਣ ਜੋਗਾ ਹੋ ਜਾਓ ਉੱਥੇ ਜਾ ਕੇ ਪੰਪ 'ਤੇ ਫੁੱਲ ਕਰਾਵਾਂਗੇ ਟੈਂਕੀ ਆਪਾਂ ਉਹ ਬਾਈ ਟਰੱਕ ਆਪਾਂ ਲਾ ਤਾ ਡੌਕ 'ਤੇ ਸਨੋ ਵੇਖ ਸਕਦੇ ਜੇ ਕੰਮ ਵਾਲਾ ਹੀ ਪੈਣ ਦਿਆ ਕੰਮ ਬਹੁਤ ਹੀ ਹੈ ਟਰੱਕ 'ਚ ਵੀ ਯਾਰ ਠੰਡ ਲੱਗਦੀ ਬਾਹਰ ਇਹ ਤੁਹਾਨੂੰ ਵਿਖਾਉਣ 'ਚ ਲਈ ਉਤਰਿਆ ਮੈਂ ਲਾਈਟਾਂ ਸਾਫ ਕਰਦੀਏ ਕੁਛ ਦਿਖਦਾ ਹੀ ਨਹੀਂ ਪਿਆ ਓ ਹੋ ਠਰਗੇ 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 ਭਾਜੋ ਭਾਜੋ ਟਰੱਕ ਲੋ ਬਾਈ ਲੋਡ ਹੋਣ ਜਾ ਕੇ ਮਤਲਬ ਮੈਂ ਇੱਥੇ 1 ਵਜੇ ਦਾ ਆਇਆ ਨਹੀਂ 12:15 ਦਾ ਆਇਆ ਟਾਈਮ ਵੇਖ ਸਕਦਾ ਜੀ 3:09 ਹੋ ਗਿਆ ਆਲਮੋਸਟ 4 ਘੰਟੇ ਲਾ ਦਿੱਤੇ ਇਹਨਾਂ ਨੇ ਪਰ ਚਲੋ ਨਹੀਂ ਵੀ ਆਪਾਂ ਨਿਕਲੀ ਉੱਥੋਂ ਹੁਣ ਬਾਰਡਰ ਕ੍ਰੋਸ ਕਰਦੇ ਹਾਂ ਫਿਰ ਆਪਾਂ ਕਰਦੇ ਹਾਂ ਗੱਲ ਮੈਂ ਤਾਂ ਸਨੋ ਵੀ ਹਟ ਗਈ ਬਾਈ ਅੱਜ ਤਾਂ ਥੋੜ੍ਹੀ ਪਈ ਆ ਸਵੇਰੇ ਜਿੰਨੀ ਪਈ ਪਰ ਹੁਣ ਹਟ ਉੱਠ ਗਈ ਆ ਸੈੱਟ ਕੰਮ ਵੈਦਰ ਕਲੀਨ ਆ ਰੋਟੀ ਖਾਣ ਤੋਂ ਪਹਿਲਾਂ ਬਾਈ ਨਾਲੇ ਮੈਂ ਟਰੱਕ ਲਾ ਤਾ ਪੰਪ 'ਤੇ ਇਹਦੀ ਵੇਖ ਸਕਦੇ
ਪਰਦੇ ਪੁਰਦੇ ਲਾਤੇ ਵਿੰਡੋ ਭਾਜੀ ਮੈਂ ਤਾਂ ਖੋਲੀ ਆ ਕਿਉਂਕਿ ਫਿਰ ਆਪਾਂ ਮਾਈਕਰੋਵੇਵ ਜੀ ਰੋਟੀ ਗਰਮ ਕਰੀ ਦੀ ਨਾ ਸੋ ਅੰਦਰ ਸੇਕ ਜਿਹਾ ਹੋ ਜਾਂਦਾ ਮਤਲਬ ਗੈਸ ਜੀ ਬਾਹਰ ਨਿਕਲ ਜਾਂਦੀ ਆ ਸੋ ਤਾਂ ਕਰਕੇ ਵਿੰਡੋ ਖੋਲੀ ਚਲੋ ਰੋਟੀ ਮੇਰੀ ਠੰਡੀ ਹੋ ਗਈ ਮੈਂ ਖਾ ਕੇ ਫਿਰ ਕਰਦਾ ਗੱਲ ਕਰਦਾ ਕਿ ਸਵੇਰੇ ਕਰਦੇ ਬਾਈ ਜੀ ਉੱਠ ਕੇ ਗੱਲਾਂ ਬਾਤਾਂ ਕਰਦੇ ਹਾਂ ਚਲੋ ਬਾਏ ਬਾਏ ਗੁੱਡ ਮੋਰਨਿੰਗ ਮਿੱਤਰੋ ਕੀ ਹਾਲ ਚਾਲ ਉਹ ਬਾਈ ਟਰੱਕ ਆਪਾਂ ਰਾਤੀ ਇੱਥੇ ਲਾਤਾ ਸੀ ਅਤੇ ਇਹ ਮੈਂ ਹੈਗਾ ਵੈਸਟ ਵਰਜੇਨੀਆ ਸਿਟੀ 'ਚ ਹੈਗਾ ਇਹ ਆਲਾ ਦੁਆਲਾ ਮਾਹੌਲ ਵੇਖ ਸਕਦਾ ਜੀ ਕਿਵੇਂ ਦਾ ਅਤੇ ਨਿੱਕੇ ਨਿੱਕੇ ਪਹਾੜੀਆਂ ਇੱਥੇ ਵੈਸਟ ਵਰਜੇਨੀਆ 'ਚ ਬਾਕੀ ਕੰਮ ਗੁੱਡ ਅਤੇ ਚਾਹ ਆਪਾਂ ਲਈ ਆ ਚੱਕ ਲੱਭ ਦੀ ਕੰਮ ਸੈੱਟ ਹੋ ਗਿਆ ਹੁਣ ਜਦੋਂ ਮੈਂ ਨਾ ਪਰਨਾ ਬੰਨਣਾ ਫਿਰ ਆਪਾਂ ਕਰਦੇ ਹਾਂ ਗੱਲਬਾਤ ਠੀਕ ਹੈ ਜੀ ਲਓ ਮਿੱਤਰੋ ਚਾਹ ਦੇ ਨਾਲ ਖੋਲੇ ਜਾਣ ਗੁੱਡੇ ਗੁੱਡੇ ਖਾਂਦੇ ਗੁੱਡੇ ਪਰਨਾ ਬਾਈ ਜੀ ਅੱਜ ਮੈਂ ਗੋਲ ਜਿਹਾ ਹੀ ਬੰਨ ਲਿਆ ਕਿਉਂਕਿ ਮੈਂ ਚੱਲ ਦੂਜਾ ਪਰਨਾ ਕਿਉਂ ਬੰਨਣਾ ਡਰਾਈਵ ਹੀ ਕਰਨੀ ਸਾਰਾ ਦਿਨ ਉਹ ਢਿੱਲਾ ਜਿਹਾ ਪਰਨਾ ਬੰਨ ਕੇ ਚਲਾਉਂਦੇ ਹਾਂ ਚਾਹ ਤਾਂ ਬਾਈ ਦੁੱਧ ਮੈਂ ਘਰੋਂ ਲਿਆਉਣਾ ਭੁੱਲ ਗਿਆ ਸੋ ਆਪਾਂ ਹੁਣ ਆਹ ਵੀਕ ਸਾਰੀ ਚਾਹ ਚੁੱਕਾਂਗੇ ਬਾਹਰੋਂ ਲੱਭ ਦੇ ਪੰਪ ਤੋਂ ਕਿੱਥੇ ਲਿਖਿਆ ਲੱਭ ਆਪਾਂ ਆਪਣੇ ਪੰਪ ਤੋਂ ਚੁੱਕਣੀ ਚਾਹ ਚੰਗਾ ਜੀ ਨਾਲ ਖਾਦੇ ਹਨ ਗੁੱਡੇ ਠੰਡੀ ਹੋ ਗਈ ਯਾਰ ਮੈਂ ਜਿਹੜਾ ਗਰਮ ਕਰਨਾ ਇੱਕ ਮਿੰਟ ਦਿਓ ਮੇਰੇ ਵੀਰੇ ਉਹ ਇੱਕ ਮਿੰਟ ਦਿਓ ਗਰਮ ਕੀਤਾ ਜਾਵੇ ਲਓ ਬਾਈ ਚਾਹ ਆਪਾਂ ਕਰ ਲਈ ਆ ਗਰਮ ਕੰਮ ਸੈੱਟ ਆਪਾਂ ਪੂਰੇ 4 ਮਿੰਟ ਤੱਕ ਤੁਰ ਪੈਣਾ ਤੁਸੀਂ ਵੀ ਦੱਸਦੇ ਹੋਣੇ 4 ਮਿੰਟ ਕਿੱਦਾਂ ਕਿੰਨਾ 4 ਮਿੰਟ ਦਾ ਹਿਸਾਬ ਰੱਖਿਆ ਬਾਈ ਜੀ ਬੁੱਕੀ 4 ਮਿੰਟ ਬਾਅਦ ਆਉਣੀ ਆਪਣੀ ਪੂਰੇ 10 ਘੰਟੇ ਸਲੀਪ ਪਾ ਕੇ 10 ਘੰਟੇ ਬਾਅਦ ਆਪਣੀ ਅਮਰੀਕਾ ਬੁੱਕ ਆ ਜਾਂਦੀ ਵਾਪਸ ਫਿਰ ਆਪਾਂ ਅਗਲੇ ਦਿਨ ਲਈ ਡਰਾਈਵ ਕਰਨ ਲਈ ਗੁੱਟੂ ਹੋ ਜਾਂਦੇ ਹਾਂ ਅੱਜ ਮੇਰੀ ਅੱਖਾਂ ਸੁੱਜੀਆਂ ਸੁੱਜੀਆਂ ਹੀ ਲੱਗਣ ਦੀ ਨਾ ਕਿਉਂਕਿ ਮੈਂ ਬਣਾ ਕੇ ਨਹੀਂ ਆਏ ਇੰਨੀ ਠੰਡ ਆ ਕੌਣ ਨਾਵੇ ਸਿਆਲਾਂ ਦਾ ਹੀ ਤਾਂ ਫਾਇਦਾ ਬਾਈ ਜੀ ਇੱਕ ਦਿਨ ਨਾ ਉਹ 2 ਦਿਨ ਚੱਲ ਜਾਂਦਾ ਆਪਾਂ ਕਰਦੇ ਨਾ ਅੱਗੇ ਗੱਲਾਂ ਪਤਾ ਮੈਂ ਜਰਾ ਚਾਹ ਦੀਆਂ ਚੁਸਕੀਆਂ ਲੈ ਲਾ ਇੰਜੋਏ ਕਰ ਮਾੜਾ ਜਿਹਾ ਕੱਲ੍ਹ ਸਾਰੇ ਸਾਰਾ ਦਿਨ ਸਨੋਹ ਪੈਂਦੀ ਰਹੀ ਰਾਤੀ ਸਾਰਾ ਦਿਨ ਮੀਂਹ ਪੈਂਦਾ ਰਿਹਾ ਹੁਣ ਫਾਇਦਾ ਹੋ ਗਿਆ ਰੋਡਾਂ ਰੂਡਾਂ ਸਾਫ਼ ਹੋ ਗਈਆਂ ਹੋਣੀਆਂ ਵਿਖਾਉਂਦਾ ਆਹ ਵੇਖ ਲਓ ਮਿੱਤਰੋ ਮੀਂਹ ਨਾ ਨਾ ਕੰਮ ਸਾਰਾ ਸਾਫ਼ ਹੋ ਗਿਆ ਸਨੋਹ ਸਨੂਹ ਸਾਰੀ ਸਾਫ਼ ਹੋ ਗਈ ਨਿੱਕੇ ਨਿੱਕੇ ਘਰ ਜੇ ਆ ਮੈਨੂੰ ਲੱਗਦਾ ਸਾਹਮਣੇ ਬਾਈ ਜੀ ਹੋਟਲ ਜਿਹਾ ਆਪਦਾ ਕੋਈ ਲੱਗਦਾ ਤੇ ਹੋਟਲ ਜਾਈਏ ਹੋਟਲ ਵੀ ਕਾਹਦਾ ਮੋਟਲ ਕਹਿੰਦੇ ਨੇ ਮੋਟਲ ਚਲੋ ਫਿਰ ਗੁੱਟੂ ਹੋ ਗਿਆ ਰੱਖ ਲਿਆ ਕੱਢ ਐਗਜ਼ਿਟ ਕਿੱਥੇ ਆ ਮੇਰੇ ਵੀਰੇ ਐਗਜ਼ਿਟ ਕਿੱਥੇ ਆ ਔਰ ਐਗਜ਼ਿਟ ਓਕੇ ਜੀ ਆ ਬਾਈ ਸਾਰੇ ਆਪਣੇ ਤੇਲ ਤੂਲ ਭਰਾ ਰਹੇ ਨੇ ਟੈਂਕੀ ਆਪਾਂ ਫੁੱਲ ਕਰਾ ਲਈ ਫਿਰ ਸੂਈ ਥੱਲੇ ਆ ਗਈ ਯਾਰ ਬਾਹਲਾ ਪੀਂਦਾ ਯਾਰ ਟਰੱਕ ਤੇਲ ਮਾੜੀ ਗੱਲ ਆ ਤੇਰੀ ਸਜਣਾ ਇਹ ਵੀ ਕਹਿੰਦਾ ਮੋਤਿਆਂ ਨੂੰ ਤਾਂ ਰੋਡ 'ਤੇ ਭਜਾਈ ਫਿਰਦੇ ਤੇਲ ਨਾ ਪੀਵਾਂ ਤਾਂ ਹੋਰ ਮੈਂ ਕੀ ਕਰਾਂ ਇਹ ਵੀ ਗੱਲ ਇਹਦੀ ਸਿਆਣੀ ਵੈਸੇ ਚਲੋ ਕੀ ਕਰ ਸਕਦੇ ਹਾਂ ਸ਼ੇਰ ਆਪਣਾ ਸ਼ੇਰ ਯਾਨੀ ਦੱਬਦਾ ਚਲੋ ਬਾਈ ਜੀ ਹੁਣ ਜਰਾ ਹੁਣ ਮੈਂ 2 ਮਿੰਟ ਵਾਗਰੂ ਕਰ ਲਈਏ ਸ਼ਬਦ ਵਗੈਰਾ ਸੁਣੀਏ ਫਿਰ ਆਪਾਂ ਤੁਹਾਡੇ ਨਾਲ ਕਰਦੇ ਗੱਲਾਂ ਬਾਤਾਂ ਆਇਓ ਆਹ ਹਾਈਵੇ ਚੜ੍ਹ ਜਾਣਾ ਬਾਈ ਜਿਹੜਾ ਉੱਪਰ ਨੂੰ ਜਾਂਦਾ ਨਾ 77 ਆ ਚਾਰਲਿਸ ਟਨਾਵੇ ਟਾਊਨ ਜਿਹੜਾ ਸਿੱਟੀ ਹੈ ਜਿੱਧਰ ਨੂੰ ਆਪਾਂ ਚੜ੍ਹ ਜਾਣਾ ਇੱਥੋਂ ਆਪਾਂ ਨਾਲ ਹੀ ਹੁਣ ਸੱਜੇ ਹੋਣਾ ਅਤੇ ਆਪਾਂ ਸਿੱਧਾ ਹਾਈਵੇ ਉੱਤੇ ਓਕੇ ਉਹ ਬਾਈ ਜੀ ਸਿਟੀ ਆ ਗਈ ਚਾਰਲਿਸਟਨ ਸਿਟੀ ਆ ਗਈ ਹੈ ਇਹ ਇੱਥੋਂ ਦਾ ਡਾਊਨ ਟਾਊਨ ਆ ਵੇਖ ਸਕਦੇ ਇੰਨੀ ਗਾ ਜਾ ਦੇਖਦੇ ਹੋਣੀ ਕਿਸੇ ਨੂੰ ਉਹ ਮੈਨੂੰ ਲੱਗਦਾ ਗੁਰਦੁਆਰਾ ਬਣਿਆ ਹੋਇਆ ਉਹ ਵੇਖੋ ਦੇ ਦੇਣਾ ਪਤਾ ਨਹੀਂ ਗੁਰਦੁਆਰਾ ਦਾ ਕੀ ਆ ਸ਼ਾਇਦ ਉਹਦੇ ਲਾਗੋ ਹੀ ਲੰਘਣਾ ਵੇਖਦੇ ਕੀ ਚੱਕਰ ਕੀ ਆ ਜੋ ਵੀ ਆ ਬਹੁਤ ਸੋਹਣਾ ਲੱਗਦਾ ਦੋਨੋਂ ਗੋਲਡਨ ਜਿਹਾ ਪਾਰਲੀਮੈਂਟ ਟਾਈਪ ਜਿਹੜੇ ਹੁੰਦਾ ਪਤਾ ਨਹੀਂ ਕੁਛ ਹੋਣਾ ਚਲੋ ਆਪਾਂ ਕੀ ਕਰਨਾ ਲੈ ਕੇ ਆਪਾਂ ਆਪਣੇ ਆਪ ਤੁਰੇ ਚੱਲੀਏ ਆਹ ਸਟੇਡੀਅਮ ਨਿਕਾ ਜਾ ਰੇਸਾਂ ਰੂਸਾਂ ਲੱਗਦੀਆਂ ਜਾਂ ਆਪਾਂ ਨੰਬਰ 'ਚ ਲਿਖੇ ਹੋਏ ਉੱਥੇ ਇਹਨਾਂ ਨੇ 1 2 3 4 ਆ ਗਿਆ ਜੇ ਲਾਗੋ ਵੇਖ ਲਓ ਇਹਨੂੰ ਪਰ ਜੋ ਵੀ ਆ ਕੰਮ ਸੋਹਣਾ ਲੱਗ ਰਿਹਾ ਰਾਈਟ ਲੇਨ ਮਸਟ ਯੂਜ਼ ਐਟ ਰਾਈਟ ਐਗਜ਼ਿਟ ਸਮ ਸੋਹਣਾ ਬਣਿਆ ਯਾਰ ਕੋਈ ਬਿਲਡਿੰਗ ਨਹੀਂ ਲੱਗਦੀ ਸਰਕਾਰੀ ਬਿਲਡਿੰਗ ਆ ਕੋਈ ਜਾਪਦਾ
ਪਹਾੜੀਆਂ ਸ਼ੁਰੂ ਹੋ ਗਈਆਂ, ਟਰੱਕ ਦੀ ਲੱਗਦੀ ਪਈ ਆ ਪੂਰੀ ਜਾਨ। ਆਰ ਪੀ ਐਮ ਵੇਖੋ 15 ਦੇ ਜਾਣ ਦੇ ਆ, ਮਹਾਈਆਂ 70 ਦੇ ਚੱਲਣ ਦੇ ਅਜੇ। ਉਹ ਆ ਗਿਆ ਜੀ ਥੱਲੇ ਉੱਪਰ, ਹਿੱਲ ਕਾਫੀ ਵੱਡੀ ਆ, ਖੁਸ਼ੀ ਕੰਮ ਹੈ। ਜ਼ੋਰ ਲੱਗਦਾ ਪਿਆ ਸ਼ੇਰ ਆਪਣੇ ਦਾ, ਬੈਠ ਤੇ ਚੱਲ ਚੱਲ, ਨਹੀਂ ਦੱਬਣਾ ਮੇਰੇ ਵੀਰ, ਇੰਡੀਕੇਟਰ ਲਾ ਦਈਏ ਫਿਰ, ਕੰਮ ਸਲੋ ਹੋ ਗਿਆ ਏ। ਆ ਜਿੱਦਾਂ ਉਹ ਬਾਈ ਨੇ ਲਾਏ ਬਾਈ, ਇਹ ਪਤਾ ਲੱਗ ਜਾਂਦਾ ਮਗਰਲੀ ਟਰੈਫਿਕ ਨੂੰ ਕਿ ਟਰੱਕ ਮਤਲਬ ਸਲੋ ਜਾ ਰਿਹਾ, ਸੋ ਲੇਨ ਚੇਂਜ ਕਰਕੇ ਦੇ ਰਹਾ ਥਣੀ ਗਾਂ ਜਾਂਦੇ ਹੁਣ ਸਾਡੇ ਪਿੱਛੇ ਨਾ। ਠੀਕ ਹੈ ਜੀ, ਤਾਂ ਕਰਕੇ ਆਪਾਂ ਪ੍ਰੈਸ਼ਰ ਛੱਡ ਦਈਦੇ ਆ। ਆਪੇ ਟਰੱਕ ਚੜ੍ਹਦਾ ਹੀ ਨਹੀਂ ਪਿਆ ਬਾਈ ਜੀ, 58। ਚੱਲ 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 ਮੇਰੇ ਸ਼ੇਰ ਬੱਕੇ, ਚੱਲ ਚੱਲ, ਦਬਰਾ ਨਹੀਂ ਦਬਰਾ ਨਹੀਂ। ਸਲੋ ਟਰੈਫਿਕ ਕੀ ਬਰਾਈਟ, ਨਹੀਂ ਉਹ ਬਰਾਈਟ ਨਹੀਂ ਆ ਬਾਈ ਜੀ। ਹਿੱਲਾਂ ਕਾਫੀ, ਮਤਲਬ ਇੱਧਰ ਨੂੰ ਹਿੱਲਾਂ ਵਾਧੂ ਪੈਂਦੀਆਂ। ਆਪਾਂ ਜੋ ਨੌਰਥ ਕੈਰੋਲੀਨਾ ਸਾਊਥ ਕੈਰੋਲੀਨਾ ਨੂੰ ਚਾਹੀਦਾ ਨਾ ਥੱਲੇ ਨੂੰ, ਵਰਜੀਨੀਆ ਅਤੇ ਪੈਨਸਲਵੇਨੀਆ ਵਗੈਰਾ, ਵੈਸਟ ਵਰਜੀਨੀਆ ਜਿੱਥੇ ਹਿੱਲਾਂ ਹੀ ਹਿੱਲਾਂ, ਪਹਾੜੀਆਂ ਹੀ ਆ ਵਾ। ਮਤਲਬ ਵੇਖ ਸਕਦੇ ਬਾਈ, ਕੀ ਕਹਿੰਦੇ ਪੱਤੇ ਪੁੱਤੇ ਸਭ ਝੜ ਗਏ। ਇੱਥੋਂ ਪਤਾ ਲੱਗਦਾ ਕਿ ਸਿਆਲ ਆ ਗਿਆ ਏ। ਚਲੋ ਤੁਹਾਨੂੰ ਪਤਾ ਸਿਆਲ ਆ ਗਿਆ, ਪਰ ਮੈਂ ਤੁਹਾਨੂੰ ਦੱਸ ਦਿੰਦੇ ਕਿ ਸਿਆਲ ਆ ਗਿਆ। ਕੱਲ੍ਹ ਜਿੱਦਾਂ ਦੀ ਵੇਖ ਲਈ ਨਹੀਂ ਸਨੋ, ਵੇਖ ਲਓ ਗੱਡੀ ਲੱਦੀ ਜਾਂਦਾ ਬਾਈ, ਹਾਂਡਾ ਦੀ ਲੱਦੀ ਜਾਂਦਾ, ਹਾਂਡਾ ਦੀ ਸੀਵੀਕ ਟੂ ਡੋਰ। ਟਰੱਕ ਦੀ ਜਾਨ ਲੱਗੂਗੀ ਬਾਈ। ਆ ਟਰੱਕ ਵੇਖੋ ਕਿੰਨਾ ਗਰਮ ਹੋ ਗਿਆ, ਮਤਲਬ ਇੰਨਾ ਗਰਮ ਨਹੀਂ ਹੋਣਾ ਜਿਹਦਾ 200 ਉੱਤੇ ਚੱਲ ਗਿਆ। ਸੋ ਮੈਨੂੰ ਇਹਨੂੰ ਵੀ ਥੱਲੇ ਲਿਆਉਣਾ ਪੈਣਾ ਗੇਅਰ ਵੱਡੇ, ਮਤਲਬ ਸਲੋ ਸਲੋ ਚੜਾਈਏ ਹੁਣ ਆਪਾਂ ਜਾਣ ਨਾਲ ਬਾਈ ਟਰੱਕ ਦੀ, ਕਿਉਂਕਿ ਇਹ ਮਤਲਬ ਉਹ ਚੱਲ ਪਾ ਕੀ ਹੋ ਗਿਆ। ਆ ਵੇਖੋ ਬਾਈ ਜੀ, ਕੰਮ ਗਰਮ ਹੋ ਗਿਆ ਹੁਣ ਮੈਨੂੰ ਛੋਟੇ ਗੇਅਰ 'ਚ, ਮਤਲਬ ਵੱਡੇ ਗੇਅਰ 'ਚ ਹੌਲੀ ਹੌਲੀ ਲਾਉਣਾ ਪੈਣਾ ਟਰੱਕ ਨੂੰ, ਕਿ ਜਿਹੜਾ ਟਰੱਕ ਆਪਣਾ ਠੰਡਾ ਹੋ ਜਾਵੇ। ਨਹੀਂ ਤਾਂ ਸੂਈ ਜ਼ਿਆਦਾ ਉੱਤੇ ਨਹੀਂ ਜਾਣੀ ਦੀ, 200 ਉੱਤੇ ਨਹੀਂ ਜਾਣੀ ਚਾਹੀਦੀ। ਇੱਧਰ ਪਾਰਕ ਕਰਕੇ ਆਪਣਾ ਠੰਡਾ ਕਰਨਾ ਪੈਣਾ ਟਰੱਕ, ਇਹ ਵੀ ਚੱਕਰ ਆ। ਬਾਕੀ ਚਲੋ ਹੁਣ ਮੈਂ ਜਿਹੜਾ ਹਿੱਲ ਹੀ ਧਾਰਨਾ, ਹੁਣ ਹਿੱਲ ਲਈਏ ਅਤੇ ਨਾਲ ਨਾਲ ਆਪਣੀ ਸੂਈ ਵੀ ਹੁਣ ਥੱਲੇ ਆਉਣ ਲੱਗ ਪਈ। ਉਹ ਦੇਖੋ ਆ ਗਈ ਨਾ 200 'ਤੇ, ਉਹ ਆ ਗਈ ਸੂਈ, ਆ ਗਈ ਆ ਗਈ 200 'ਤੇ। ਮੈਂ ਆਪਾਂ ਹੋਰ ਥੱਲੇ ਲੈ ਕੇ ਆਉਣਾ ਜੇ, ਕਿਉਂਕਿ ਜ਼ਿਆਦਾ ਗਰਮ ਨਹੀਂ ਚਾਹੀਦੀ ਬਾਈ ਜੀ, ਨਹੀਂ ਤਾਂ ਫਿਰ ਤੁਹਾਨੂੰ ਪਤਾ ਏ ਸਾਈਡ 'ਤੇ ਪਾਰਕ ਕਰਕੇ ਨਾ ਮੇਰੇ ਟਰੱਕ ਨੂੰ ਠੰਡਾ ਕਰਨਾ ਪੈਣਾ, ਅਤੇ ਉਹ ਵੀ ਅੱਧਾ ਪੌਣਾ ਘੰਟਾ ਤਾਂ ਪਤਾ ਲੰਘ ਹੀ ਜਾਂਦਾ ਫਿਰ ਕਦੀ ਕਦੀ। ਐਨੀ ਵੇ ਚਲੋ ਛੱਡੋ, ਆਪਾਂ ਆਰਾਮ ਨਾਲ ਹੀ ਚੱਲਦੇ ਹਾਂ। ਬਾਈ ਟਰੱਕ ਵਾਲੇ ਆਹ ਉੱਡੇ ਹੀ ਜਾਂਦੇ ਆ, ਕਿਉਂਕਿ ਇਹਨਾਂ ਦਾ ਲਾਈਟ ਵੇਟ ਲੋਡ ਆ, ਭਾਰ ਨਹੀਂ ਹੈਗਾ ਆਪਣਾ, ਭਾਰ ਜ਼ਿਆਦਾ, ਸੋ ਆਪਾਂ ਨੂੰ ਤਾਂ ਹੌਲੀ ਹੌਲੀ ਜਾਣਾ ਪੈ ਰਿਹਾ, ਕਿਉਂਕਿ ਮੇਰਾ ਵੇਟ ਪੂਰਾ 43,000 LB ਸੋਰੀ। ਸਾਰੇ ਉੱਡੇ ਹੀ ਜਾਂਦੇ, ਇਹਨਾਂ ਦਾ ਵੇਟ ਹੈਗਾ ਹੌਲਾ। ਲਓ ਬਾਈ ਸ਼ਾਵਰ ਆਪਾਂ ਲੈ ਲਿਆ, ਸ਼ਾਵਰ ਵਧੀਆ ਬਾਈ ਇਹਨਾਂ ਦਾ, ਆਹ ਵੇਖ ਸਕਦੇ ਜੀ ਕੰਮ ਗੁੱਡ ਹੀ। ਸ਼ਾਵਰ ਬਾਈ ਇਹਨਾਂ ਦੇ ਕਲੀਨ ਹੀ ਹੁੰਦੇ ਆ। ਮੈਂ ਰੁਕਿਆ ਹੁਣ ਫਲਾਇੰਗ ਜੇ 'ਤੇ, ਚਲੋ ਬਾਹਰ ਜਾ ਗੱਲਾਂ ਕਰਦੇ ਹਾਂ। ਲਓ ਬਾਈ ਸ਼ਾਵਰ, ਸ਼ਾਵਰ ਬਾਈ ਆਪਾਂ ਲੈ ਲਿਆ, ਸੋ ਕੰਮ ਗੁੱਡ ਹੈ। ਆ ਬਾਈ ਕੱਪੜੇ ਧੋਂਦੇ ਆ, ਵੇਖ ਸਕਦੇ ਬਾਈ ਪੰਪ ਤਗੜਾ ਹੀ ਹੈ ਕੰਮ ਨਹਾਉਣ ਵਾਲਾ ਜੀ। ਇੱਥੇ ਬਾਈ ਟੈਂਪਰੇਚਰ ਰਾਈਟ ਨੂੰ ਹੈਗਾ ਜੇ 13-14 ਡਿਗਰੀ ਆ, ਅਤੇ ਜਿੱਦਾਂ ਸਵੇਰੇ ਤੁਹਾਨੂੰ ਵਿਖਾਏ ਨਾ 6 ਡਿਗਰੀ ਉੱਥੇ ਟੈਂਪਰੇਚਰ, ਹੁਣ 14 ਡਿਗਰੀ ਆ। ਟਾਈਮ ਹੋ ਗਿਆ 11:30 ਵੱਜ ਗਿਆ ਰਾਤ ਦੇ, ਅਤੇ ਤੁਸੀਂ ਵੀ ਕਹਿੰਦੇ ਅੱਧੀ ਰਾਤ ਕਹਿੰਦੇ ਨਹਾਤਾ, ਅਜੇ ਤਾਂ ਤੁਹਾਨੂੰ ਪਤਾ ਬਾਈ ਆਪਾਂ ਸਵੇਰੇ ਨਹਾਤੇ ਨਹੀਂ ਆ, ਅਤੇ ਮੈਂ ਚਲੋ ਹੁਣ ਨਹਾ ਲਈਏ, ਉਹ ਸਵੇਰੇ ਠੰਡ ਹੁੰਦੀ ਨਾ, ਤੁਹਾਨੂੰ ਜੀ ਨਹੀਂ ਕਰਦਾ, ਇਹ ਚੱਕਰ ਆ। ਤਾਂ ਆਪਾਂ ਹੁਣੇ ਹੁਣੇ ਨਹਾ ਲਿਆ ਅਤੇ ਫਰੈਸ਼ ਹੋਏ, ਹੁਣ ਆਰਾਮ ਨਾਲ ਸਵੇਰੇ ਆਪਾਂ 8-8 ਡਿਗਰੀ ਕਰਨੀ। ਇੱਥੋਂ ਲੋਕੇਸ਼ਨ ਬਾਈ ਜੀ ਪੂਰੀ ਹੈਗੀ ਆ 15 ਕਿਲੋਮੀਟਰ ਆ ਦੂਰ, ਸੋ ਹਾਰਡਲੀ 15 ਮਿੰਟ ਦੀ ਡਰਾਈਵ ਆ। ਸਵੇਰੇ ਆਪਾਂ 8-8 ਡਿਗਰੀ ਕਰਨੀ ਆ, 7:30 ਉੱਠਾਂਗੇ, 15 ਮਿੰਟ ਪ੍ਰੈਸ਼ਰ 'ਚ ਕਰਕੇ 70 ਹੋ ਜਾਵਾਂਗੇ, ਅਤੇ ਚੱਲ ਜਾਂਗੇ। ਟਰੱਕ ਆਪਾਂ ਲਾ ਤਾ ਬਾਈ ਇੱਥੇ ਆਪਣਾ, ਠੀਕ ਹੈ ਜੀ,
ਤੇ ਐਰਕੀ ਭਾਈ ਮੈਂ ਰੁਕਿਆ ਫਲਾਈਂਗ ਪਾਇਲਟ ਤੇ ਰੁਕਿਆ ਆਹ ਦੀ ਵੇਖ ਸਕਦੀ ਤਾਂ ਕਿੱਥੇ ਗਿਆ ਪਾਇਲਟ ਆਹ ਲਿਖਿਆ ਪਾਇਲਟ ਇਹ ਆਪਾਂ ਇੱਥੇ ਰੁਕੇ ਆ ਇਹ ਮੈਂ ਤਾਂ ਰੁਕਿਆ ਬਾਈ ਲਵ ਦੇ ਪੰਪ ਤੇ ਮੈਂ ਤਾਂ ਨਹੀਂ ਰੁਕਿਆ ਓਹੋ ਪਰਦੇ ਪਿੱਛੇ ਕਰੀਏ ਲਵ ਦੇ ਪੰਪ ਤੇ ਬਾਈ ਪਾਰਕਿੰਗ ਨਹੀਂ ਮਿਲੀ ਨਹੀਂ ਮਿਲੀ ਤਾਂ ਫਿਰ ਮੈਂ ਇੱਧਰ ਆ ਗਿਆ ਪਾਇਲਟ ਤੇ ਇਹ ਪਾਇਲਟ ਫਲਾਈਂਗ ਜੇ ਦਈਏ ਸੇਮ ਹੀ ਆ ਮਤਲਬ ਦੋਵੇਂ ਇੱਥੇ ਆਪਾਂ ਨੇ ਇੱਕੋ ਸਪੌਟ ਖਾਲੀ ਆਪਾਂ ਮਿੰਟੋ ਮਿੰਟ ਰੱਖ ਉੱਥੇ ਲਾਇਆ ਅਤੇ ਮਤਲਬ ਇੱਥੇ ਮੈਂ 11 ਵਜੇ ਪਹੁੰਚਿਆ ਹਾਂ ਅਤੇ ਸਾਡੇ ਘਰ ਹੁਣ ਵੱਜ ਗਏ 11 ਵੱਜ ਗਏ 35 ਮਿੰਟ ਹੋ ਗਏ ਆਪਾਂ ਮੈਂ ਹੁਣੀ ਸ਼ਾਵਰ ਲੈ ਕੇ ਆ ਗਏ ਹੁਣ ਕੰਮ ਗੁੱਡ ਆ ਰੋਟੀ ਖਾਣੀ ਆ ਅਤੇ ਕੀ ਕਹਿੰਦੇ ਹੁੰਦੇ ਆ ਲਵ ਤਾਂ ਬਾਈ ਤਾਰੂਕਾਂ ਦਾ ਫਾਇਦਾ ਉੱਥੇ ਆਪਾਂ ਨੂੰ ਪੁਆਇੰਟ ਮਿਲਦੇ ਆ ਪੁਆਇੰਟ ਮਿਲਦੇ ਆਪਾਂ ਸ਼ਾਵਰ ਆਪਾਂ ਨੂੰ ਫਰੀ ਹੁੰਦਾ ਨਾ ਜਿੱਦਾਂ ਸੋ ਉੱਥੇ ਆਪਾਂ ਜੋ ਤੇਲ ਪਵਾਈਦਾ ਤੇਲ ਪਾਉਣ ਦੇ ਨਾਲ ਆਪਾਂ ਨੂੰ ਪੁਆਇੰਟ ਮਿਲਦੇ ਰਹਿੰਦੇ ਆ ਇੱਥੋਂ ਫਲਾਈਂਗ ਜਦੋਂ ਬਾਈ ਜੀ ਆਪਾਂ ਤੇਲ ਬਹੁਤ ਘੱਟ ਹੀ ਪਵਾਈਦਾ ਬਹੁਤ ਰੇਅਰ ਹੀ ਪਵਾਈਦਾ ਕਦੀ ਕਦੀ ਸੋ ਇੱਥੋਂ ਪੁਆਇੰਟ ਨਹੀਂ ਇਕੱਠੇ ਹੁੰਦੇ ਅਤੇ ਜੇ ਪੁਆਇੰਟ ਨਾਲ ਇਕੱਠੇ ਆਉਣ ਤਾਂ ਫਿਰ ਇੱਥੇ ਮਤਲਬ ਆਪਾਂ ਨੂੰ ਸ਼ਾਵਰ ਪੈਸੇ ਲੈ ਕੇ ਦੇਣਾ ਪੈਂਦਾ ਸੋ ਇੱਥੇ$21 ਲੱਗੇ $21 ਨਹੀਂ $21 ਲੱਗੇ ਮਤਲਬ ਇੱਥੋਂ ਤਾਂ $16 ਲੱਗੇ ਸੋ ਸੋਕੇ ਚੱਲਦਾ ਕਦੀ ਕਦੀ ਬਾਈ ਜੀ ਸ਼ਾਵਰ ਆਪਾਂ ਕਦੀ ਜਿੱਥੇ ਜੀ ਕਰੀਦਾ ਉੱਥੇ ਸ਼ਾਵਰ ਲੈ ਲਈਦਾ ਸੋ ਆਹ $21 ਦੀ ਕੋਈ ਵੱਡੀ ਗੱਲ ਨਹੀਂ ਹੈ ਪਰ ਜਦੋਂ ਆਪਾਂ ਇੰਡੀਆ ਸਾਨੂੰ ਵੇਖਿਆ ਜਾਵੇ ਕਿੰਨੀ ਮਾਊਂਟ ਬਣ ਜਾਂਦੀ ਨਾ ਘਰਦੇ ਨੇ ਕਹਿਣਾ ਬੱਲੇ ਤੇਰੇ $21 ਦਾ ਤੂੰ ਨਹਾਉਣ ਹੀ ਲੱਗ ਗਿਆ ਵੀ 15 ਮਿੰਟ ਨਹਾਉਣ ਲੱਗ ਗਿਆ $21 ਖਰਚ ਕੇ ਕੀ ਕਰ ਸਕਦੇ ਬਈ ਤੁਹਾਨੂੰ ਨਹੀਂ ਪਤਾ ਥੋੜ੍ਹਾ ਘਰਦੇ ਨੂੰ ਕਹਿੰਦੇ ਕਿ ਤੁਹਾਨੂੰ ਨਹੀਂ ਪਤਾ ਥੋੜ੍ਹਾ ਚਲੋ ਹੁਣ ਮੈਂ ਰੋਟੀ ਖਾਵਾਂ ਜੀ ਲੱਗੀ ਆ ਭੁੱਖ ਫਿਰ ਆਪਾਂ ਸੋਈਏ ਫਿਰ ਆਪਾਂ ਸਵੇਰੇ ਕਰਦੇ ਗੱਲਾਂ ਪਤਾ ਠੀਕ ਹੈ ਜੀ ਅਤੇ ਚਲੋ ਗੁੱਡ ਨਾਈਟ ਸਵੇਰੇ ਆਪਾਂ ਡਿਲੀਵਰੀ ਲੋਕੇਸ਼ਨ 'ਤੇ ਮਿਲਦੇ ਹਾਂ ਲਓ ਬਾਈ ਡਿਲੀਵਰੀ ਲੋਕੇਸ਼ਨ 'ਤੇ ਆਪਾਂ ਆ ਗਏ ਹਾਂ ਅਤੇ ਵੇਖ ਸਕਦੇ ਜੀ ਸੋ ਤੇ ਉੱਠੇ ਆਪਾਂ ਆ ਗਏ ਹਾਂ ਬਰੱਸ਼ ਬਰੁਸ਼ ਕਰਕੇ ਮੂੰਹ ਅੱਖ ਮੂੰਹ ਹੱਥ ਧੋ ਕੇ ਆ ਗਏ ਆਪਾਂ ਛੱਟ ਕੰਮ ਹੈ ਸੁਸਤੀ ਆ ਸੋ ਟਾਈਮ ਵੱਜ ਗਏ 8 ਸੋ ਵਿਖਾਉਂਦਾ ਤੁਹਾਨੂੰ ਜਿੱਥੇ ਆਪਾਂ ਆ ਗਏ ਇਹਨਾਂ ਨਾਲ ਗੱਲ ਕਰ ਲਈ ਹੈ ਕਹਿੰਦੇ 6 ਨੰਬਰ ਡੌਕ 'ਤੇ ਲਾ ਦੀ ਉਹ 6 ਨੰਬਰ ਤਾਂ ਦੇਖ ਦੇਣਾ ਹੈ ਨਾ ਉਹ ਉੱਥੇ ਟ੍ਰੇਲਰ ਲੱਗਾ ਜਦੋਂ ਟ੍ਰੇਲਰ ਮੂਵ ਹੋਊਗਾ ਉੱਥੇ ਫਿਰ ਆਪਾਂ ਆਪਣਾ ਟਰੱਕ ਲਾ ਕੇ ਖਾਲੀ ਕਰ ਦੇਣਗੇ ਉਹਨਾਂ ਜਿਹੜਾ ਆਪਾਂ ਇੱਥੇ ਬਹਿੰਦੇ ਹੁਣ ਕੀ ਪਤਾ ਕਿੰਨਾ ਟਾਈਮ ਲਾਉਂਦੇ ਆ 8 ਵਜੇ ਆਪਾਂ ਪੂਰੇ ਇਹਨਾਂ ਦੇ ਟਰੱਕ ਲਾ ਤਾ ਬਾਕੀ ਤਾਂ ਵੇਖ ਸਕਦੇ ਜੇ ਮਾਹੌਲ ਚੱਲ ਖਾਲੀ ਵਾਲੇ ਵਾਲੇ ਆਹ ਸਾਈਡ 'ਤੇ ਆਹ ਬਿਜਲੀ ਘਰ ਪਿੰਡ ਦਾ ਬਿਜਲੀ ਘਰ ਆ ਜਿੱਥੇ ਆਪਾਂ ਡਿਲੀਵਰੀ ਕਰਨਾ ਹੈ ਛੋਟਾ ਜਿਹਾ ਚਲੋ ਬਾਕੀ ਕਰਦੇ ਹਾਂ ਡਿਲੀਵਰੀ ਕਰਕੇ ਗੱਲ ਲਓ ਬਾਈ ਡਿਲੀਵਰੀ ਆਪਾਂ ਕਰਕੇ ਨਿਕਲ ਗਏ ਹਾਂ ਸੋ ਜਸਟ ਹੁਣੇ ਨਿਕਲਿਆ ਵਾਂ ਅਤੇ ਉੱਥੇ ਫਿਰ ਮੈਂ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਮੈਨੂੰ ਚੇਤਾ ਨਹੀਂ ਰਿਹਾ ਅਤੇ ਗੱਲ ਕਿੱਦਾਂ ਹੁਣ ਆਪਾਂ ਤੁਰ ਪਏ ਹਾਂ ਅਤੇ ਹੁਣ ਇੱਥੇ ਆਪਾਂ ਚੱਲੇ ਹਾਂ ਲਵ ਦੇ ਪੰਪ 'ਤੇ ਉੱਥੇ ਜਾ ਕੇ ਕੁਛ ਖਾਂਦੇ ਹਾਂ ਉੱਥੇ ਸਾਬੇ ਹੈਗਾ ਸਾਬੇ ਖਾਂਦੇ ਹਾਂ ਅਤੇ ਫਿਰ ਪਰਨਾ ਵਗੈਰਾ ਪਾਉਂਦੇ ਹਾਂ ਅਤੇ ਫਿਰ ਵੇਟ ਕਰਦੇ ਹਾਂ ਪਿਕਅਪ ਦੀ ਠੀਕ ਹੈ ਜੀ ਪਿਕਅਪ ਕਰਕੇ ਫਿਰ ਦੱਸਦੇ ਹਾਂ ਆਪਾਂ ਕੀ ਬਣਦਾ ਚਲੋ ਪਹਿਲਾਂ ਸਾਬੇ ਵਗੈਰਾ ਚੱਕਦੇ ਹਾਂ ਫਿਰ ਉੱਥੇ ਕਰਦੇ ਹਾਂ ਗੱਲਾਂ ਬਾਤਾਂ ਜੋ ਉੱਧਰ ਲੱਗਦਾ ਵਾਵਾ ਟ੍ਰੈਫਿਕ ਲੱਗੀ ਜੇ ਕੰਮ ਕੰਸਟਰਕਸ਼ਨ ਚੱਲਦੀ ਵੀ ਉੱਧਰਲੀ ਸਾਈਡ 'ਤੇ ਦੇਖੋ ਕਿੱਦਾਂ ਰਸ਼ ਲੱਗਾ ਹੋਇਆ ਉਹ ਗੱਡੀ ਤਕੜੀ ਲਾਈਨ ਲੱਗੀ ਤਰਸਾਉਂਦੇ ਹੋ ਜ਼ਰਾ ਦੇ ਜਦੋਂ ਆਪਾਂ ਭੀੜ 'ਚ ਫਸੀ ਤਾਂ ਦੂਜੇ ਬੰਨੇ ਲੋਕ ਤੇਜ਼ ਚੱਲਦੇ ਹੁਣ ਤਾਂ ਕਹੀਦਾ ਯਾਰ ਕਾਸ਼ ਉੱਧਰ ਹੁੰਦੇ ਅੱਜ ਇਹ ਸੀਨ ਆਪਣੇ ਨਾਲ ਹੋ ਗਿਆ ਜੀ ਆਪਾਂ ਇੱਧਰ ਮੋਸਟਲੀ ਭੀੜ 'ਚ ਹੀ ਫਸੇ ਹੋਈਦਾ ਸਾਬੇ ਆਪਾਂ ਚੱਕ ਲਿਆ ਅਤੇ ਆਪਾਂ ਹੁਣ ਤੁਰੇ ਜਾਂਦੇ ਹਾਂ ਕਿੱਧਰ ਨੂੰ ਭਲਾ ਟਰੱਕ ਨੂੰ ਮੇਰੇ ਵੀਰੇ ਉਹ ਇਹਨਾਂ ਦਾ ਨਾ ਕੰਸਟਰਕਸ਼ਨ ਚੱਲਦੀ ਪਈ ਅੰਦਰ ਬਣਦਾ ਪਿਆ ਗੁੱਡ ਮੋਰਨਿੰਗ ਕੀ ਹਾਲ ਚਾਲ ਸਾਰਿਆਂ ਦੇ ਕਹਿਣ ਜੀ ਲਓ ਬਈ ਅੱਜ ਹੈਗਾ ਅਗਲਾ ਦਿਨ ਮਤਲਬ ਕੱਲ੍ਹ ਆਪਾਂ ਜਦੋਂ ਉਹ ਵੇਖਿਆ ਨਾ ਸਾਬੇ ਖਾਣ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਆਪਾਂ ਲੋਡ ਨਹੀਂ ਮਿਲਿਆ ਕੱਲ੍ਹ ਸੋ ਆਪਾਂ ਉੱਥੇ ਫਿਰ ਕੀਤੀ ਸਲੀਪ ਪਾਈ ਰੈਸਟ ਕੀਤੀ ਸੋ ਅੱਜ ਅਗਲਾ ਦਿਨ ਆ ਅਤੇ 11 ਵੱਜ ਗਏ ਅਤੇ ਆਪਾਂ ਲੋਡ ਮਿਲ ਗਿਆ ਅਤੇ ਲੋਕੇਸ਼ਨ 'ਤੇ ਮੈਂ ਆ ਗਿਆ ਬਾਈ ਜੀ ਅਤੇ ਲੋਕੇਸ਼ਨ ਹੈਗੀ ਯੂ ਹਾਲ ਇੱਥੋਂ ਆਪਾਂ MT ਡੱਬੇ 'ਚ ਚੁੱਕਣੇ ਆ ਐਡਾ ਹੌਲਾ ਜਿਹਾ ਲੋਡ ਐਡਾ ਪਰਾ ਲੋਡ ਨਹੀਂ ਹੈਗਾ ਤੁਹਾਨੂੰ ਮੈਂ ਵਿਖਾਉਂਦਾ ਲੋਡ ਕਰਨ ਦਿਓ ਪਿੱਛੇ ਸੋ ਤੁਹਾਨੂੰ ਦਿਖਾਉਂਦਾ ਮੈਂ ਰੋਡ 'ਤੇ ਟਰੱਕ ਲਾ ਕੇ ਲੋਡ ਕਰਨ ਦੇ ਆਹ ਵੇਖੋ ਜਰਾ ਆਹ ਵੀ ਰੋਡ 'ਤੇ ਆਪਾਂ ਟਰੱਕ ਲਾਇਆ ਕੀ ਕਹਿੰਦੇ ਹੁੰਦੇ ਆ ਪਿੱਛੇ ਲੋਡ ਕਰਨ ਦਿਆ ਬਾਈ ਜੇ ਡੱਬਾ 'ਚ ਲੈ ਕੇ ਜਾਊਗਾ ਤੁਹਾਨੂੰ ਮੈਂ ਦਿਖਾਊਂਗਾ ਸ਼ੀਸ਼ੇ 'ਚ ਤੁਹਾਨੂੰ ਦੇਖੂ ਉਹ ਬਾਈ ਭੁੱਖ ਬਹੁਤ ਲੱਗੀ ਆਪਣੇ ਤੋਂ ਖਾਣ ਨੂੰ ਕੁਛ ਨਹੀਂ ਹੈਗਾ ਅਤੇ ਭੁਜੀਆ ਖੋਲ ਲਿਆ ਆਪਾਂ ਅਤੇ ਨਾਲ ਆਪਾਂ ਚੱਕ ਲਈ ਆਪਣੀ ਮੋਸਟਰ ਦੀ ਜਿਹੜੀ ਹੁੰਦੀ ਆ ਹੁਣ ਥੋੜ੍ਹਾ ਚਿਰ ਤਾਂ ਕੁਛ ਖਾ ਕੇ ਸਾਰੀਏ ਅਤੇ ਬਾਅਦ 'ਚ ਹੁਣ ਪੰਪ ਪੰਪ 'ਤੇ ਜਾ ਕੇ ਕੁਛ ਖਾਣ ਪੀਣ ਨੂੰ ਲੱਭਦੇ ਹਾਂ ਫਿਰ ਉੱਥੇ ਖਾਂਦੇ ਪੀਂਦੇ ਹਾਂ ਆ ਜਾਓ ਲਓ ਮਿੱਤਰੋ ਟ੍ਰੇਲਰ ਆਪਾਂ ਲੋਡ ਹੋ ਗਿਆ ਖਾਲੀ ਡੱਬੇ ਆ ਇਹਨਾਂ ਦਾ ਭਾਰ ਭੂਰ ਤਾਂ ਹੈ ਨਹੀਂ ਆ ਬਾਕੀ ਹੁਣ ਜਰਾ ਮੈਂ ਉਹਨਾਂ ਨੂੰ ਬੰਦ ਕਰਨਾ ਡੋਰ ਨੂੰ ਅੱਜ ਆਪਾਂ ਇਹਨੂੰ ਜਿੰਦਰਾ ਲਾ ਦੇਣਾ ਬਾਈ ਸੀਲ ਮੇਰੇ ਤੋਂ ਹੈ ਨਹੀਂ ਆ ਆਪਾਂ ਟ੍ਰੇਲਰ ਨੂੰ ਜਿੰਦਰਾ ਹੀ ਲਾ ਦੇਣਾ ਤੁਹਾਨੂੰ ਵਿਖਾਉਂਦਾ ਹੈ ਜਰਾ ਬੰਦ ਕਰ ਲਾ ਲਓ ਮੇਰੇ ਤੋਂ ਲਾਤਾ ਜਿੰਦਰਾ
ਸਹੀ ਹੋ ਗਿਆ ਕੰਮ ਚਲੋ ਚੱਲੀਏ ਆਪਾਂ ਹੁਣ ਘਰਾਂ ਨੂੰ ਪਿੰਡ ਨੂੰ ਚੱਲੀਏ ਪਿੰਡ ਨੂੰ ਆ ਜਾਓ ਉੱਧਰ ਜਾਮ 'ਚ ਫਸ ਗਏ ਆਪਾਂ ਓਏ ਆਪਾਂ ਆ ਗਏ ਹਾਂ ਕੋਲੰਬੀਆ ਸਿਟੀ ਆ ਗਏ ਹਾਂ ਬਾਈ ਕੋਲੰਬੀਆ 26 ਹਾਈਵੇ I-26 ਹਾਈਵੇ ਹੈ ਜਾਂ ਵੇਖ ਸਕਦੇ ਇਹ ਸ਼ਹਿਰ 'ਚ ਜਦੋਂ ਲੰਘੋ ਨਾ ਬਾਈ ਜੀ ਜਾਮ ਹੀ ਮਿਲਦਾ ਹਰ ਵਾਰੀ ਜਿੰਨੇ ਨਹੀਂ ਮੈਂ ਲੰਘਿਆ ਅਤੇ ਚਲੋ ਵਹਿੰਦੇ 15-20 ਮਿੰਟ ਦਾ ਸ਼ੋਅ ਕਰਦੇ ਜਾਮ ਅਜੇ ਲੈਟਸ ਸੀ ਕਿੰਨਾ ਟਾਈਮ ਲੱਗਦਾ ਅਤੇ ਆਪਾਂ ਨੂੰ ਚਲਾਉਂਦੇ ਨੂੰ ਬਾਈ ਜੀ ਹੋ ਗਏ 1 ਘੰਟਾ 44 ਮਿੰਟ ਹੋ ਗਏ ਚਲਾਉਂਦੇ ਨੂੰ ਸੋ 1 ਘੰਟਾ ਹੋਰ ਚਲਾ ਕੇ ਅਤੇ ਫਿਰ ਕੁਛ ਖਾਂਦੇ ਪੀਂਦੇ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਆ ਭੁੱਜੀ ਇਹਦਾ ਕੰਮ ਸਰਿਆ ਨਹੀਂ ਕੱਲ੍ਹ ਲਿੱਤਾ ਏ ਸੂਈ ਆਪਣੀ ਦੇਖੋ ਤੇਲ ਵਾਲੀ ਵਿਖਦੀ ਆ ਆ ਚੱਲੀ ਐਮ ਟੀ ਲੱਗ ਗਏ ਅਤੇ ਪੰਪ ਹੈਗਾ ਵਾ 99 ਕਿਲੋਮੀਟਰ ਦੂਰ ਅਤੇ ਹੁਣ ਇੱਥੇ ਟ੍ਰੈਫਿਕ ਲੱਗ ਗਈ ਯਾਰ ਜਾਮ ਲੱਗ ਗਿਆ ਹੁਣ ਕੰਮ ਪੂਰਾ ਪੂਰਾ ਹੀ ਆਪਣੇ ਤੇਲ ਕਹਿੰਦੇ ਪਹੁੰਚਿਆ ਜਾਂਦਾ ਕਿ ਨਹੀਂ ਪਹੁੰਚਿਆ ਜਾਂਦਾ ਗੱਲ ਇੱਦਾਂ ਹੁਣ ਆਪਾਂ ਨੂੰ ਰੱਬ ਦਾ ਨਾਂ ਲੈ ਕੇ ਤੁਰੇ ਚੱਲਦੇ ਹੌਲੀ ਹੌਲੀ ਵਾਹਿਗੁਰੂ ਬਾਬਾ ਬਚਾ ਦੇ ਪੰਪ ਦੇ ਪਿਛਲੇ ਪੰਪ ਦੇ ਬਾਈ ਮੈਂ ਤਾਂ ਨਹੀਂ ਰੁਕਿਆ ਉੱਥੇ ਮਤਲਬ ਕੀ ਕਹਿੰਦੇ ਹੁੰਦੇ ਆ ਰਸ਼ ਬੜਾ ਸੀ ਉੱਥੇ ਲਾਈਨਾਂ ਬਹੁਤ ਲੱਗੀਆਂ ਸੀ ਅਤੇ ਫਿਰ ਮੈਂ ਕਿਹਾ ਚਲੋ ਯਾਰ ਅਗਲੇ ਪੰਪ 'ਤੇ ਚੱਲਦੇ ਹਾਂ ਪਰ ਮੈਨੂੰ ਕੀ ਪਤਾ ਕਿ ਇੱਥੇ ਜਾਮ ਲੱਗ ਜਾਣਾ ਲਓ ਬਾਈ ਜੀ ਆ ਗਏ ਜੀ ਆਪਾਂ ਪੰਪ 'ਤੇ ਆ ਰਿਹਾ ਆਪਣਾ ਪੰਪ ਲਵਸ ਸੋ ਆਪਾਂ ਨੂੰ ਚਲਾਉਂਦੇ ਨੂੰ ਹੋ ਗਿਆ 5 ਘੰਟੇ 42 ਮਿੰਟ ਇਹਨੂੰ ਜਰਾ ਆਫ ਡਿਊਟੀ 'ਤੇ ਪਾ ਦਈਏ 1/2 ਘੰਟੇ ਦੀ ਬ੍ਰੇਕ ਲਈਏ ਇੱਥੇ ਗੋ ਆਫ ਡਿਊਟੀ ਆਲ ਸੈਟ ਓਕੇ ਚਲੋ ਨਾ ਮੈਂ ਤੇਲ ਤੁਲ ਪਵਾਵਾਂ ਅਤੇ ਨਾਲੇ ਆਪਾਂ ਸ਼ੀਸ਼ੇ ਸਾਫ਼ ਕਰ ਲਈਏ ਓਕੇ ਚਲੋ ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ ਫਿਰ ਲੋ ਮਿੱਤਰੋ ਮੈਂ ਹੌਟ ਡੋਗ ਜਿਹਾ ਚੱਕ ਲਿਆ ਇੱਕ ਟਾਈਮ ਸਾਰਨ ਲਈ ਫਿਰ ਹੋਰ 2 ਘੰਟੇ ਆਪਾਂ ਡਰਾਈਵ ਕਰਕੇ ਜਿਹੜੇ ਪੰਪ 'ਤੇ ਰੁਕਾਂਗੇ ਨਾ ਫਿਰ ਉੱਥੇ ਆਪਾਂ ਗੁਨਾ ਗੁੱਚੀ ਔਡਰ ਕਰਾਂਗੇ ਖਾਣ ਨੂੰ ਲਾਗੇ ਬੰਨੇ ਜੋ ਵੀ ਆ ਤੁਹਾਨੂੰ ਟਾਈਮ ਸਾਰਨ ਲਈ ਮੈਂ ਕਿਹਾ ਹੌਟ ਡੋਗ ਖਾਧਾ ਜਾਵੇ ਇਹ ਆਪੇ ਬਣਾਈਦਾ ਬਾਈ ਜੀ ਇੱਥੇ ਮੈਂ ਜਰਾ ਉਹਨੂੰ ਖਾ ਕੇ ਇੰਜੋਏ ਕਰਾਂ ਮੀਲ ਆਪਣਾ ਭੁੱਖ ਬਹੁਤ ਲੱਗੀ ਮੈਨੂੰ ਕਿਉਂ ਫਿਰ ਆਇਆ ਮੂੰਹ 'ਚ ਪਾਣੀ ਕਿ ਨਹੀਂ ਵੇਖ ਕੇ ਬਾਕੀ ਐਡਾ ਸਵਾਦ ਨਹੀਂ ਹੁੰਦਾ ਬਾਈ ਜੀ ਨੋਰਮਲ ਜਿਹਾ ਹੁੰਦਾ ਜੀ ਮੈਂ ਭਾਈ ਨਾਲ ਇਹ ਵੀ ਦੱਸਦਾ ਇੱਥੇ ਲਾ ਤਾ ਪਰ ਟਰੱਕ ਥਾਂ ਨਹੀਂ ਹੈਗੀ ਲਾਉਣ ਨੂੰ ਆਪਾਂ ਇੱਥੇ ਲਾ ਤਾ ਟਰੱਕ ਉਹ ਕਹਿੰਦੇ ਮੁੰਡੇ ਮਾਝੇ ਵਾਲੇ ਟੈਂਕੀ ਫੁੱਲ ਕਰਾ ਕੇ ਤੁਰ ਪਏ ਨੇ ਪਿੰਡਾਂ ਨੂੰ ਤੁਰ ਪਏ ਨੇ ਹੁਣ ਤਾਂ ਪੈਣਾ ਵੱਟ ਦੇਣਾ ਬਾਈ ਜੀ ਆਪਣੀ ਬੁੱਕ ਪਈ ਆ 3 ਘੰਟੇ 45 ਮਿੰਟ ਦੀ ਬੁੱਕ ਪਈ ਆ ਸੋ ਝੋਟਾ ਆਪਣਾ ਜਾਣਦੇ 110 'ਤੇ ਆਪਾਂ ਪੈਣਾ ਵੱਟ ਦੇਣਾ ਮੇਰੇ ਵੀਰੋ ਹੁਣ ਨਾ ਪਿੰਡ ਚੱਲੀਏ ਪਿੰਡ ਟਰਾਂਟੋ ਸਾਡਾ ਚਲੋ ਬਾਕੀ ਬਾਈ ਜੀ ਹੁਣ ਆਪਾਂ ਪੰਪ 'ਤੇ ਆ ਕੇ ਗੱਲਾਂ ਬਾਤਾਂ ਕਰਦੇ ਹੁਣ ਮੈਂ ਜਰਾ ਖਿੱਚੀ ਜਾਵਾਂ ਸਫ਼ਰ ਨੂੰ ਮਿੱਤਰੋ ਅੱਜ ਨਾ ਮੈਨੂੰ ਤੁਰਿਆ ਨੂੰ 7-8 ਘੰਟੇ ਤੇ ਹੋਈ ਗਿਆ ਨਾ ਡਰਾਈਵ ਕਰਦੇ ਨੂੰ ਤੇ ਗੱਲ ਤਾਂ ਬਾਈ ਅੱਜ ਸਾਰਾ ਦਿਨ ਨਾ ਅੱਜ ਮੈਂ ਮਤਲਬ ਸਿੱਧੂ ਮੂਸੇਵਾਲੇ ਦੇ ਸਾਰੇ ਮੂਸੇਵਾਲੇ ਦੇ ਜਿੰਨੇ ਗਾਣੇ ਆਏ ਨਾ ਬਾਈ ਅੱਜ ਸਾਰਾ ਦਿਨ ਉਹ ਵਜਾਏ ਪਤਾ ਨਹੀਂ ਯਾਰ ਉਹ ਬੰਦੇ ਦੀ ਅੱਜ ਆਜ ਹੀ ਆ ਗਈ ਸੋ ਦਿਮਾਗ 'ਚ ਆ ਹੀ ਜਾਂਦਾ ਯਾਰ ਬੰਦਾ ਜਿੱਦਾਂ ਮਰਜ਼ੀ ਸੀ ਨਾ ਦਿਮਾਗ 'ਚ ਆ ਜਾਂਦਾ ਯਾਰ ਉਹਦੇ ਮੈਂ ਨਾ ਸਾਰਾ ਦਿਨ ਜੋ ਮੈਂ ਬਾਈ ਸਵੇਰ ਤੋਂ ਉਹਦੇ ਗਾਣੇ ਵਜਾਉਣ ਲੱਗਾ ਨਾ ਜਦੋਂ ਕੋਈ ਹੋਰ ਕੋਈ ਸਿੰਗਰ ਆਵੇ ਨਾਲ ਹੀ ਸਕਿੱਪ ਕਰਕੇ ਚੱਲ ਫਿਰ ਉਹਦਾ ਗਾਣਾ ਲਾਓ ਕੋਈ ਮਤਲਬ ਯਾਰ ਅੱਜ ਸਾਰਾ ਦਿਨ ਉਹਦੇ ਗਾਣੇ ਵਜਾ ਕੇ ਯਾਰ ਉਹਦੇ ਗਾਣੇ ਤੁਹਾਨੂੰ ਪਤਾ ਬਾਈ ਫਿਰ ਬੂਸਟ ਕਰਦੇ ਬੰਦੇ ਨੂੰ ਫੁੱਲ ਯਾਰ ਵਧੀਆ ਸੀ ਬੰਦਾ ਹੀ ਰਾਹੀ ਯਾਰ ਪੰਪ 'ਤੇ ਆਪਾਂ ਆ ਗਏ ਹਾਂ ਵੇਖ ਸਕਦੇ ਭਲਾ ਆਪਾਂ ਕਿਹੜੇ ਪੰਪ 'ਤੇ ਆਏ ਹਾਂ ਠੀਕ ਹੈ ਜੀ ਸੋ ਸਫ਼ਰ ਆਪਣਾ ਪਿੱਛੇ ਰਹਿ ਗਿਆ 937 ਕਿਲੋਮੀਟਰ ਅਤੇ ਹੁਣ ਆਪਾਂ ਸਲੀਪ ਆਵਾਂਗੇ ਸੋਵਾਂਗੇ ਅਤੇ ਟਾਈਮ ਹੋਇਆ ਵਾ ਰਾਤ ਦੇ ਯਾਰ ਫਲੈਸ਼ ਵੱਜਦੀ ਪਈ ਹੈ 1:15 ਹੋ ਗਿਆ ਠੀਕ ਹੈ ਜੀ ਸੋ ਆਪਾਂ ਕੱਲ੍ਹ 11:15 ਟਰੱਕ ਚਲਾ ਸਕਦੇ ਹਾਂ 10 ਘੰਟਿਆਂ ਬਾਅਦ ਠੀਕ ਹੈ ਜੀ ਉਹ ਮੇਰਾ ਤਾਂ ਸ਼ਾਵਰ ਸ਼ੂਵਰ ਲਿਆਈਏ ਕਿਉਂਕਿ ਮੈਂ ਨਹਾਤਾ ਨਹੀਂ ਫਿਰ ਅੱਜ ਫਿਰ ਠੰਡ ਬੜੀ ਸੀ ਠੰਡ ਵੇਖ ਸਕਦੇ ਇਹਦੀ ਕਿੰਨੀ ਇੱਥੇ 4 ਡਿਗਰੀ ਟੈਂਪਰੇਚਰ ਆ ਸੋ ਹੁਣ ਮੈਂ ਜਰਾ ਹੁਣੇ ਨਹਾ ਧੋ ਕੇ ਆਈਏ ਅਤੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਅੱਛਾ ਜੀ
ਪੁੱਤਰ ਵੇਖ ਸਕਦੇ ਸ਼ਾਵਰ ਘੈਂਟ ਨਾ ਕੰਮ ਤੌਲੀਆ ਰੱਖਿਆ ਇਹਨਾਂ ਨੇ ਲੋ ਜੋ ਤੇ ਉਹ ਅਰਬੀ ਆਪਾਂ ਲੈ ਲਿਆ ਸ਼ਾਵਰ ਆਪਾਂ ਲੈ ਲਿਆ ਸਦਾ ਹੋ ਗਿਆ ਨਾ ਸੈਂਡਵਿਚ ਚੱਕ ਲਿਆ ਬਾਈ ਜੀ ਆਪਾਂ ਚਿਕਨ ਸੈਂਡਵਿਚ ਹੈ ਭੁੱਖ ਬਹੁਤ ਲੱਗੀ ਸੀ ਪਹਿਲਾਂ ਹੌਟ ਡੋਗ ਖਾਧਾ ਹੁਣ ਆਪਾਂ ਸੈਂਡਵਿਚ ਚੱਕ ਲਿਆ ਅਤੇ ਬਾਅਦ ਠੰਡ ਬਹੁਤ ਆ ਬਾਈ ਜੀ ਪੰਪ ਬਾਈ ਜੀ ਸਾਰਾ ਹੀ ਭਰਿਆ ਪਿਆ ਪੰਪ 'ਤੇ ਆ ਫਸਾਏ ਟਰੱਕ ਸਾਰਿਆਂ ਨੇ ਜਿਹਦਾ ਜੀ ਲਾਦਾ ਸਾਰਿਆਂ ਨੇ ਕਿਤੇ ਨਾ ਕਿਤੇ ਟਰੱਕ ਫਸਾ ਦਿੱਤੇ ਇੱਕ ਸਾਹਮਣੇ ਫਸਾਏ ਇੱਧਰ ਫਸਾਏ ਸਾਰੇ ਬੰਨੇ ਫਸਾਏ ਫਸਾਏ ਟਰੱਕ ਬਾਬਾ ਪੁੱਤਰ ਟਰੱਕ 'ਚ ਆਪਾਂ ਆ ਗਏ ਹਾਂ ਤਾਂ ਤੌਲੀਆਂ ਵਗੈਰਾ ਆਪਾਂ ਸੀਟ 'ਤੇ ਪਾ ਦਿੱਤਾ ਅਤੇ ਗੱਲ ਇਹ ਤਾਂ ਬਾਈ ਜੀ ਅੱਜ ਕਲੋਲ ਹੋ ਗਈ ਯਾਰ ਸ਼ਾਵਰ ਲੈਣ ਲੱਗਾ ਮੈਂ ਸੋ ਜਦੋਂ ਮੈਂ ਸ਼ਾਵਰ ਲੈਣ ਲੱਗਾ ਅਤੇ ਤੁਹਾਨੂੰ ਪਤਾ ਹੀ ਬੰਦਾ ਜਦੋਂ ਨਹਾਉਣ ਲੱਗਾ ਤਾਂ ਬਾਈ ਪਾਣੀ ਗਰਮ ਨਾ ਆਵੇ ਨਾ ਅਤੇ ਨਾ ਬੰਦਾ ਬਾਹਰ ਜਾਣ ਜੋਗਾ ਸੋ ਫਿਰ ਅੱਜ ਠੰਡੇ ਪਾਣੀ ਨਾਲ ਨਹਾਤੇ ਪਤਾ ਨਹੀਂ ਕਿੰਨੇ ਸਦੀਆਂ ਬਾਅਦ ਨਹਾਤਾ ਹੋਣਾ ਮੈਂ ਰਿਕਾਰਡ ਹੀ ਤੋੜਤੇ ਅਤੇ ਬਾਅਦ 'ਚ ਇਹਨਾਂ ਨੂੰ ਬਾਹਰ ਆ ਕੇ ਮੈਂ ਕੰਪਲੇਂਟ ਕੀਤੀ ਜਦੋਂ ਬੈਠੇ ਹੁੰਦੇ ਨਾ ਉੱਥੇ ਕਾਊਂਟਰ 'ਤੇ ਮੈਂ ਭਾਈ ਤੁਹਾਡਾ ਇੱਥੇ ਗਰਮ ਪਾਣੀ ਨਹੀਂ ਆਉਂਦਾ ਅਤੇ ਉਹ ਕਹਿੰਦੀ ਪਤਾ ਨਹੀਂ ਸਰ ਕੀ ਚੱਕਰ ਆ ਕਹਿੰਦੀ ਸਰ ਤੁਸੀਂ ਇੱਦਾਂ ਕਰੋ ਤੁਸੀਂ ਕੌਫੀ ਲੈ ਜਾਓ ਫਰੀ ਹੁਣ ਮੈਂ ਬਾ ਠੀਕ ਆ ਫਰੀ ਕੌਫੀ ਨਾਲ ਸਾਰ ਦਿਓ ਤੁਸੀਂ ਹੁਣ ਬੰਦਾ ਠਾਰਤਾ ਇੱਕ ਵਾਰੀ ਤੁਸੀਂ ਤਾਂ ਚਲੋ ਐਨੀਵੇ ਆ ਗਿਆ ਬਾਈ ਆਪਾਂ ਚੱਕ ਲਿਆ ਆਪਾਂ ਕੀ ਕਹਿੰਦੇ ਹੁੰਦੇ ਆ ਪਰਾਈਆਂ ਚੱਕ ਲਈਆਂ ਬਰਗਰ ਦੇ ਚੱਕ ਲਿਆ ਇਹ ਆਪਾਂ ਨੂੰ ਖਾਂਦੇ ਆ ਘਰ ਦੇ ਵਲੌਗ ਬਿੰਦੇ ਉਹਨਾਂ ਨੇ ਕਹਿਣਾ ਯਾਰ ਪਤਾ ਨਹੀਂ ਕੀ ਗੰਦ ਪਿਲ ਜਾ ਖਾਂਦੇ ਰਹਿੰਦਾ ਬਟ ਹੈਲਦੀ ਹੈ ਕੋਈ ਚੱਕਰ ਨਹੀਂ ਹੈ ਚਿਕਨ ਚੁਗਣਾ ਇਹ ਹੁਣ ਆ ਬਾਰਾਂ ਹੀ ਕੋਈ ਚੱਲਦਾ ਹੁਣ ਕੀ ਕਰ ਸਕਦੇ ਹੁਣ ਖਾ ਕੇ ਤਾਂ ਆਪਾਂ ਸੌਣ ਦੀ ਕਰਨੀ ਹੈ ਅਤੇ ਬਾਕੀ ਆਪਾਂ ਸਵੇਰੇ ਕਰਦੇ ਮੁਲਾਕਾਤ ਤੁਹਾਡੇ ਨਾਲ ਗੁੱਡ ਨਾਈਟ ਮਿੱਤਰੋ ਮਿੱਤਰੋ ਗੁੱਡ ਮੋਰਨਿੰਗ ਕੀ ਹਾਲ ਚਾਲ ਸਾਰੇ ਕੈਮਰੇ ਜੀ ਇੱਥੇ ਵਧੀਆ ਲੱਗਦਾ ਕੈਮਰਾ ਨਾ ਹਾਂ ਠੀਕ ਆ ਲਓ ਬਾਈ ਫਰੈਸ਼ ਆਪਾਂ ਹੋ ਆਏ ਹਾਂ ਅਤੇ ਚਾਹ ਵੀ ਆਪਾਂ ਲਈ ਆ ਚੱਕ ਹਾਂ ਅਤੇ ਗੱਲ ਇਹ ਤਾਂ ਬਾਈ ਜੀ ਟਾਈਮ ਹੋ ਗਿਆ 2:15 ਆਪਾਂ ਕਿੱਥੇ 11 ਵਜੇ ਉੱਠਣਾ ਸੀ 12 ਵਜੇ ਤੁਰਨਾ ਸੀ 2:15 ਗਏ ਕਿਉਂਕਿ ਰਾਤੀ ਉਹਨਾਂ ਆ ਕੇ ਫਿਰ ਤੁਹਾਨੂੰ ਪਤਾ ਨਾ ਫਿਰ ਹੀਟਰ ਛੱਡ ਕੇ ਜਦੋਂ ਆਪਾਂ ਸੋਈਦਾ ਅਤੇ ਕੰਬਲ ਲੈ ਲਈਦਾ ਉੱਤੇ ਅਤੇ ਉਹ ਕਿਆ ਨੀਂਦ ਆਉਂਦੀ ਆ ਤਾਂ ਬਸ ਫਿਰ ਉਹੀ ਨੀਂਦ ਆਈ ਉੱਠਣ ਨੂੰ ਮਨ ਨਹੀਂ ਕੀਤਾ ਸੋ ਟਾਈਮ ਹੋ ਗਿਆ 2:15 ਹੁਣ ਆਪਾਂ ਗੁੱਡ ਅਤੇ ਹੁਣ ਆਪਾਂ ਤੁਰਨਾ ਹੀ ਆ ਬਸ ਹੁਣ ਮੈਂ ਚਲੋ 2 ਮਿੰਟ ਤੁਹਾਡੇ ਨਾਲ ਗੱਲਬਾਜੀ ਕਰ ਲਈਏ ਮਾੜੀ ਜੀ ਪਰਨਾ ਆਪਾਂ ਬਾਈ ਅੱਜ ਇੱਦਾਂ ਮੰਨ ਲਿਆ ਕਿਉਂਕਿ ਫਿਰ ਬਾਰਡਰ ਕ੍ਰੋਸ ਕਰਨਾ ਨਾ ਅਤੇ ਥੋੜ੍ਹੀ ਕੀ ਕਹਿੰਦੇ ਹੁੰਦੇ ਆ ਥੋੜ੍ਹੀ ਟੌਰ ਜੀ ਮਤਲਬ ਟੌਰ ਕੀ ਵਧੀਆ ਪਰਨਾ ਬੰਨ ਲਿਆ ਬੰਦਾ ਥੋੜ੍ਹਾ ਗੁੱਡ ਲੁਕਿੰਗ ਜਿਹਾ ਲੱਗੇ ਫਿਰ ਉਹ ਬਾਰਡਰ ਵਾਲੇ ਨਾ ਤੁਹਾਨੂੰ ਪਤਾ ਹੀ ਹੈ ਫਿਰ ਜਾਣ ਦਿੰਦੇ ਛੇਤੀ ਨਹੀਂ ਇਹ ਕੋਈ ਗੱਲ ਨਹੀਂ ਸੈਂਸ ਨਹੀਂ ਬਣੀ ਪਰ ਮੇਰੀ ਥੋਟ ਇਹ ਆ ਕਿ ਚੱਲ ਯਾਰ ਵਧੀਆ ਬੰਦਾ ਬਣ ਕੇ ਜਾਵੇ ਨਾ ਸੋ ਅਗਲੇ ਕੁਐਸਚਨ ਵੀ ਘੱਟ ਕਰਦੇ ਬਾਕੀ ਕੀ ਪਤਾ ਕਿੰਨੇ ਜਾਣੇ ਸਹਿਮਤ ਆ ਕਿੰਨੇ ਨਹੀਂ ਸੋ ਮੇਰੇ ਨਾਲ ਜੋ ਵਿਚਾਰ ਆ ਮੈਂ ਮੈਨੂੰ ਜੋ ਲੱਗਾ ਮੈਂ ਤਾਂ ਹੀ ਤੁਹਾਨੂੰ ਦੱਸਦਾ ਠੀਕ ਆ ਜੀ ਅਤੇ ਚਲੋ ਫਿਰ ਹੁਣ ਆਪਾਂ ਕਰੀਏ ਟ੍ਰਿਪ ਸ਼ੁਰੂ ਆ ਜਾਓ ਬਾਰਡਰ ਆਪਣਾ ਰਹਿ ਗਿਆ 3 ਘੰਟੇ ਦੂਰ ਅਤੇ ਗੱਲ ਇੱਦਾਂ ਬਾਈ ਜੀ ਆਹ ਆਪਾਂ ਨੂੰ ਗੇੜੇ 'ਚ ਨਾ ਵੱਲ ਪੈ ਗਿਆ ਥੋੜ੍ਹਾ ਜਿਹਾ ਜਦੋਂ ਆਪਾਂ ਲੋਡ ਚੁੱਕਿਆ ਸਾਊਥ ਕੈਰੋਲੀਨਾ ਤੋਂ ਸੋ ਮੈਂ ਬਾਰਡਰ ਨਾ ਆਪਾਂ ਬਫਲੋ ਵਾਲਾ ਕ੍ਰੋਸ ਕਰੀ ਦਾ ਨੈਗਰਾ ਫਾਲ ਵਾਲਾ ਸੋ ਉੱਥੇ ਨਾ ਸਟੋਮ ਆਇਆ ਵਿੰਟਰ ਸਟੋਮ ਉੱਥੇ ਕਾਫੀ ਜ਼ਿਆਦਾ ਮਤਲਬ ਉੱਥੇ 3-4 ਫੁੱਟ ਸਨੋਅ ਪੈ ਗਈ ਹੈ ਅਤੇ ਉੱਥੇ 2 ਦਿਨ ਲਈ ਹਾਈਵੇ ਬੰਦ ਕੀਤਾ ਉਹਨਾਂ ਨੇ ਅਤੇ ਇਹ ਬਾਈ ਜੀ ਲੋਡ ਚੁੱਕਿਆ ਮੈਨੂੰ ਉਦੋਂ ਇਨਫੋਰਮੇਸ਼ਨ ਆ ਗਈ ਅਤੇ ਆਪਾਂ ਫਿਰ ਵੱਲ ਖਾ ਕੇ 75 ਲੈ ਕੇ ਵਿੰਡਸਰ ਥਾਣੀ ਆਪਾਂ ਬਾਰਡਰ ਕ੍ਰੋਸ ਕਰਨਾ ਉਦੋਂ ਆਪਣਾ 300 ਕਿਲੋਮੀਟਰ ਦਾ ਵੱਲ ਪੈ ਗਿਆ ਨਹੀਂ ਤਾਂ ਆਪਾਂ ਹੁਣ ਤੱਕ ਤਾਂ ਬਾਰਡਰ ਟੱਪ ਕੇ ਘਰੇ ਪਹੁੰਚ ਜਾਣਾ ਹੈ ਕੱਲ੍ਹ ਦਾ ਹੀ ਸਵੇਰੇ ਪਹੁੰਚਣਾ ਹੈ ਪਰ ਚਲੋ ਅਤੇ ਇੱਥੇ ਟੈਂਪਰੇਚਰ ਹੈਗਾ ਹੁਣ ਐਵਲੇ 6 ਡਿਗਰੀ ਆ ਜੋ ਸਵੇਰੇ ਆਪਾਂ ਹੈਗੇ ਉੱਥੇ 11 ਡਿਗਰੀ ਜਦੋਂ ਆਪਾਂ ਤੁਰੇ ਹਾਂ ਹੁਣ ਜਿੰਨਾ ਆਪਾਂ ਵਾਪਸ ਕੈਨੇਡਾ ਨੂੰ ਜਾਈ ਜਾ ਰਹੇ ਹਾਂ ਨਾ ਅਤੇ ਠੰਡ ਵਧੀ ਜਾ ਰਹੀ ਆ ਅਤੇ ਉੱਥੇ ਐਵਲੇ ਸਨੋਅ ਪੈ ਜਾਂਦੀ ਆ ਬਰੰਟੋ ਟਰੋਂਟੋ ਆਪਣਾ ਬਰੰਟੋ ਨਗਰਾ ਸਨੋਅ ਪੈ ਜਾਂਦੀ ਆ ਉੱਥੇ ਤਾਂ ਮੇਰੇ ਸਾਨੂੰ -6 ਡਿਗਰੀ ਆ ਅਤੇ ਤੁਹਾਨੂੰ ਹੁਣ ਆਪਾਂ ਅੱਗੇ ਆ ਕੇ ਮਾਹੌਲ ਖਾਵਾਂਗੇ ਇੱਥੇ ਵੇਲੋ ਗਰਮੀ ਆ ਹੌਲੀ ਹੌਲੀ ਆਪਾਂ ਜਦੋਂ ਕੈਨੇਡਾ ਨੂੰ ਤੁਰੇ ਜਾ ਰਹੇ ਹਾਂ ਉੱਥੇ ਸਨੋਅ ਪੈਂਦੀ ਆ ਉੱਥੇ ਸਨੋਅ ਹੀ ਸਨੋਅ ਆ ਰੋਡ ਰੂਟ 'ਤੇ ਉਹ ਆਪਾਂ ਤੁਹਾਨੂੰ ਵਿਖਾਵਾਂਗੇ ਰਾਤੀ ਕਿਉਂਕਿ ਮੈਂ ਰਾਤੀ ਜੇ ਪਹੁੰਚਣਾ ਟਾਈਮ ਹੋ ਗਿਆ 4:30 ਚਲੋ ਦਿਨ 2 ਘੰਟੇ ਹੋ ਗਏ ਆਪਾਂ ਨੂੰ ਬਾਕੀ ਚਲੋ ਦਿੰਦੇ ਹਾਂ ਜਿੰਨਾ ਖਿੱਚਿਆ ਜਾਂਦਾ ਖਿੱਚਦੇ ਹਾਂ ਜੇ ਵੈਦਰ ਸਹੀ ਹੋਇਆ ਤਾਂ ਆਪਾਂ ਅੱਜ ਪਹੁੰਚ ਜਾਵਾਂਗੇ ਆਰਾਮ ਨਾਲ ਬੁੱਕ ਤਾਂ ਮੇਰੀ ਵਾਧੂ ਪਈ 9 ਘੰਟੇ ਦੀ ਪਈ ਆ ਅਤੇ ਡਰਾਈਵ ਸਾਰੀ ਆਪਣੀ 6 ਘੰਟੇ ਦੀ ਰਹਿ ਗਈ ਹੈ ਲੈਟਸ ਸੀ ਜੇ ਮਤਲਬ ਵੈਦਰ ਜ਼ਿਆਦਾ ਖਰਾਬ ਹੋਇਆ ਫਿਰ ਆਪਾਂ ਬਾਰਡਰ ਬੁਰਡਰ ਦੇ ਲਾਗੇ ਕਿਤੇ ਸੌਸ ਨੂੰ ਜਾਵਾਂਗੇ ਸਵੇਰੇ ਫਿਰ ਚਲਾਵਾਂਗੇ ਬਾਕੀ ਤੁਹਾਨੂੰ ਉੱਥੇ ਹੈ ਕਿ ਮਾਹੌਲ ਚਲੋ ਖਾਂਦੇ ਹੁਣ ਮੈਂ ਤਾਂ ਰੋਡ ਵਿਖਾਉਂਦਾ ਹੈ ਘੈਂਟ ਕੰਮ ਇੱਥੇ ਪੂਰਾ ਕਲੀਨ ਆ ਵੈਦਰ ਅਤੇ ਵੇਖ ਲਾ ਦੇ ਵੈਦਰ ਪੂਰਾ ਕਲੀਨ ਹੈ ਮੇਰੇ ਵੀਰੇ ਉਹ ਕਲੀਨ ਹੈ ਹੁਣ ਤੁਹਾਨੂੰ ਇਸ ਤੋਂ ਬਾਅਦ ਸਿੱਧਾ ਵਿਖਾਵਾਂਗੇ ਕੀ ਕਹਿੰਦੇ ਹੁੰਦੇ ਆ
ਕੈਨੇਡਾ ਦਾ ਵੈਦਰ ਠੀਕ ਆ ਜੀ ਹੁਣ ਤੁਹਾਨੂੰ ਕੈਨੇਡਾ ਜਾ ਕੇ ਮਿਲਦੇ ਹਾਂ ਕੈਨੇਡਾ ਰਹਿ ਗਿਆ ਆਪਣੇ ਤੋਂ 3 ਘੰਟੇ ਦੂਰ ਕੈਨੇਡਾ ਜਾ ਕੇ ਮਿਲਦੇ ਹਾਂ ਆਪਾਂ ਠੀਕ ਆ ਜੀ ਉੱਥੇ ਤੁਹਾਨੂੰ ਸਿੱਧੀ ਸੜਕ ਵਿਖਾਉਂਦੇ ਆ ਹੁਣ ਦੇ ਲੈਣਾ ਅਤੇ ਅਗਲੀ ਕਲਿੱਪ 'ਚ ਤੁਹਾਨੂੰ ਸਿੱਧੀ ਰਾਤ ਦੀ ਹੋਊਗੀ ਠੀਕ ਆ ਜੀ ਲਓ ਮਿੱਤਰੋ ਬਾਰਡਰ 'ਤੇ ਆਪਾਂ ਗਏ ਹਾਂ ਕੈਨੇਡਾ ਦੇ ਟਾਈਮ ਹੋ ਗਿਆ 9 ਵਜਣ ਵਾਲੇ ਆ 8:52 ਹੋ ਗਿਆ ਕੈਨੇਡਾ ਇੱਥੇ ਆ ਕੇ ਬਾਈ ਇੱਧਰ ਨੂੰ ਮਾਈਨਸ ਹੋ ਗਿਆ 2 ਡਿਗਰੀ ਟੈਂਪਰੇਚਰ ਦੇਖ ਸਕਦੇ ਜੀ ਠੀਕ ਹੈ ਜੀ ਲਓ ਜੀ ਆ ਹੈਗਾ ਬ੍ਰਿਜ ਆਪਣਾ ਅੰਬੈਸਡਰ ਬ੍ਰਿਜ ਇਹ ਤੁਸੀਂ ਪਹਿਲਾਂ ਹੀ ਵੇਖਿਆ ਹੋਣਾ ਮੇਰੀਆਂ ਵੀਡੀਓ 'ਚ ਵੀਡੀਓ 'ਚ ਨਹੀਂ ਮਤਲਬ ਇੱਕੋ ਵੀਡੀਓ 'ਚ ਵੇਖਿਆ ਹੋਣਾ ਤੁਸੀਂ 1-2 ਵੀਡੀਓ 'ਚ ਹੀ ਹਾਂ ਬਾਕੀ ਚਲੋ ਕੰਮ ਕੋਟਾ ਚਲੋ ਬਾਈ ਜੀ ਹੁਣ ਮੈਂ ਜਰਾ ਬਾਰਡਰ ਵਗੈਰਾ ਕਲੀਅਰ ਕਰਾ ਲਈਏ ਅਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੈਨੇਡਾ 'ਚ ਹੀ ਮਿਲਦੇ ਹਾਂ ਲੋ ਬਾਈ ਵੇਖਦੇ ਜੇ ਹੁਣੇ ਮੈਂ ਤੁਹਾਨੂੰ ਵੇਲੋ ਬ੍ਰਿਜ 'ਤੇ ਵਿਖਾਉਣਾ ਹੈ ਬਿਲਕੁਲ ਕੰਮ ਕਲੀਨ ਸੀ ਸਾਫ਼ ਸੀ ਨਾ ਇਹ ਵੇਲੋ ਬ੍ਰਿਜ ਕ੍ਰੋਸ ਕੀਤਾ ਨਹੀਂ ਆਹ ਵੇਖ ਲਓ ਸੁਣੋ ਦੇਖਦੀ ਵੀ ਮੀਂਹ ਆਨੋ ਡਿੱਗਣ ਦੀ ਸੁਣੋ ਇਹ ਅਜੇ ਬਰੀਕ ਬਰੀਕ ਜੀ ਪਾਣੀ ਵਾਲੀ ਸੁਣੋ ਐਡਾ ਕੋਈ ਵੱਡਾ ਚੱਕਰ ਨਹੀਂ ਹੈ ਸਟਿਲ ਤੁਸੀਂ ਦੇਖ ਸਕਦੇ ਜੇ ਆਹ ਦੇਖਦੀ ਨਹੀਂ ਤੁਹਾਨੂੰ ਪੈਂਦੀ ਆਵੇ ਸੁਣੋ ਇਹ ਬ੍ਰਿਜ ਹੀ ਪਾਰ ਕੀਤਾ ਜੇ ਤਾਂ ਆਹ ਹਾਲ ਜੇ ਤਾਂ ਅੱਗੇ ਜਾਣਾ ਰੋਡ 'ਤੇ ਚੜ੍ਹਦੇ ਮਿਲਦੇ ਕੀ ਬੰਦਾ ਦਿਸ ਇਜ਼ ਕਾਲਡ ਕੈਨੇਡਾ ਯਾਰ ਬੜਾ ਠੰਡਾ ਕੰਮ ਇੱਥੇ ਅਤੇ ਉਹ ਤੋਂ ਬਾਅਦ ਬਾਰਡਰ 'ਤੇ ਲੈਣ ਲੱਗੀ ਯਾਰ ਪਤਾ ਨਹੀਂ ਲੱਗਦਾ ਇਹਨਾਂ ਦਾ ਸ਼ਿਫਟ ਸ਼ਿਫਟ ਚੇਂਜ ਹੋਣ ਲੱਗੀ ਹੈ 15 ਮਿੰਟ ਹੋ ਗਏ ਖਲੋਤੇ ਨੂੰ ਇੱਥੇ ਅਤੇ ਲੱਗਦਾ ਸ਼ਿਫਟ ਹੀ ਚੇਂਜ ਹੁੰਦੀ ਹੈ ਲੱਗਦਾ 9 ਵੱਜੇ ਆ ਸੋ ਆਵੇ ਟਰੱਕ ਟਰੁੱਕ ਸਾਰੇ ਖਿਲਾਰੇ ਇਹਨਾਂ ਨੇ ਜੇ ਤਾਂ ਉਹ ਵੇਖ ਸਕਦੇ ਟਰੱਕ ਉਹ ਟਰੱਕ ਅੱਗੇ ਨਾ ਹੋਵੇ ਉਹ ਡੰਡਾ ਲੱਗਣਾ ਹੋਵੇ ਡੰਡਾ ਹੀ ਡਿੱਗਾ ਪੈਣਾ ਉਹ ਡੰਡਾ ਉਹਨਾਂ ਨੇ ਬੰਦ ਕੀਤਾ ਟਰੱਕ ਉੱਥੇ ਖਲੋਤਾ ਇਹਦਾ ਮਤਲਬ ਸ਼ਿਫਟ ਹੀ ਚੇਂਜ ਹੁੰਦੀ ਆ ਅਤੇ ਉਹ ਤੁਰ ਪਿਆ ਪਰਲਾ ਟਰੱਕ ਤੁਰ ਪਿਆ ਉਹ ਬੰਦਾ ਆ ਗਿਆ ਟਾਈਮ ਨਹੀਂ ਸਾਡੇ ਵਾਲੇ ਅਜੇ ਤੱਕ ਆਏ ਨਹੀਂ ਪਈ ਆ ਜਾਓ ਛੇਤੀ ਉਹ ਆ ਗਏ ਆ ਗਏ ਆ ਗਏ ਓਏ ਸੁਣ ਲਈ ਰੱਬ ਨੇ ਤੁਰ ਪਿਆ ਟਰੱਕ ਲਓ ਬਾਈ ਅਜੇ 1 ਮਿੰਟ ਪਹਿਲਾਂ ਹੀ ਵੀਡੀਓ ਬਣਾਈ ਨਾ ਮੈਂ ਪੈਂਦੇ ਦੀ ਆਹ ਵੇਖ ਲਓ ਆਹ ਹਾਲ ਹੋ ਗਿਆ ਆਹ ਹਾਲ ਹੋ ਗਿਆ ਜੇ ਰੋਡ 'ਤੇ ਆਹ ਪਿੱਛੇ ਬਾਰਡਰ ਆ ਜਿੱਥੋਂ ਮੈਂ ਨਿਕਲ ਲੈਂਦਾ ਇਹ ਬਾਰਡਰ ਹੀ ਕ੍ਰੋਸ ਕਰਨ ਦਿਆ ਆਹ ਵੇਖ ਲਓ ਬਾਅਦ ਇੰਨਾ ਬੁਰਾ ਹਾਲ ਯਾਰ ਕੈਨੇਡਾ ਦਾ ਨਾ ਵਾਕੇ ਅਜੇ ਆਹ ਪਿੱਛੇ ਬਾਰਡਰ ਆਹ ਲੰਘਿਆ ਜੇ ਤਾਂ ਆਹ ਹਾਲ ਵੇਖ ਲਓ ਰੋਡ 'ਤੇ ਵੇਖਿਆ ਸੁਣਾਓ ਇਹ ਪੱਖੋਂ ਬਾਈ ਜੀ ਅਮਰੀਕਾ ਘੈਂਟ ਆ ਵੇਖ ਲਓ ਜਿੱਥੇ ਮੈਂ ਸਵੇਰੇ ਤੁਰਿਆ ਫਿਰਦਾ ਨਾ ਉੱਥੇ ਮਤਲਬ 11 ਡਿਗਰੀ ਟੈਂਪਰੇਚਰ ਸੀ ਅਤੇ ਇੱਥੇ -4 ਡਿਗਰੀ ਆ ਆਹ ਵੇਖ ਲਓ ਸੁਣਾਓ ਕਿੱਦਾਂ ਡਿੱਗਣ ਦੀ ਹੈ ਮੀਂਹ ਆ ਨੂੰ ਮਿੰਟੋ ਮਿੰਟ ਹੀ ਕੰਮ ਭਰ ਗਿਆ ਜੇ ਵੇਖ ਲਓ ਮਿੰਟੋ ਮਿੰਟ ਹੀ ਕਰ ਲਓ ਗੱਲ ਮੋਟੀ 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 ਸੁਣੋ ਆ ਰਹੀ ਹੈ ਚਲੋ ਮੈਂ ਬਾਰੀ ਬੰਦ ਕਰਾਂ ਤੁਹਾਨੂੰ ਵਿਖਾਉਂਦੇ ਵਿਖਾਉਂਦਾ ਮੈਂ ਠਰ ਗਿਆ ਚਲੋ ਬਈ ਯੋਧੇ ਹੋ ਹੁਣ ਮੈਂ ਨਾ ਯਾਰਡ 'ਚ ਜਾ ਕੇ ਤੁਹਾਡਾ ਗੱਲਾਂ ਬਾਤਾਂ ਕਰੂੰਗਾ ਹੁਣ ਆਪਾਂ ਚਲਾਈਏ ਧਿਆਨ ਟਰੱਕ ਠੀਕ ਆ ਜੀ ਚਲੋ ਹੁਣ ਮੈਨੂੰ ਯੋਧਾ ਬਣ ਲੈਂਦੋ ਹੁਣ ਮੈਨੂੰ ਭੁੱਲ ਲੈਂਦੋ ਹੁਣ ਵੈਦਰ ਨਾ ਚੰਗਾ ਬਾਏ ਬਾਏ ਪਤਾ ਨਹੀਂ ਲੱਗਦਾ ਲੇਨ ਕਿੱਥੇ ਆ ਕੀ ਆ ਸੋ ਮਤਲਬ ਅਸੀਂ ਇੱਕ ਸਿੱਧੇ ਸਿੱਧੇ ਰਾਹ 'ਤੇ ਆਪਣੇ ਅੰਦਾਜ਼ੇ ਨਾਲ ਤੁਰੀ ਜਾਂਦੇ ਹਾਂ ਬਾਕੀ ਚਲੋ ਆਪਾਂ ਤੁਹਾਨੂੰ ਇੰਨਾ ਕੀ ਦਿਖਾਉਣਾ ਕਿ ਬਈ ਆਹ ਰੋਡ 'ਤੇ ਆਹ ਵੀ ਹਾਲ ਹੁੰਦੇ ਨੇ ਇਹ ਤੁਹਾਨੂੰ ਹੁਣ ਸਾਰਾ ਵਿੰਟਰ ਇੱਦਾਂ ਹੀ ਦਿਖੂਗਾ ਚਲੋ ਬਾਕੀ ਮਾਰ ਯਾਰ ਆਹ ਮੂਰਖ ਹੀ ਹੁੰਦੇ ਡਰਾਈਵਰ ਮੈਂ ਲਾਇਆ ਹਿਸਾਬ ਇਹ ਕੀ ਹਾਲ ਬਣਾ ਗਿਆ ਰੋਡ 'ਤੇ ਲੋਕਾਂ 'ਚ ਬਾਈ ਹੌਸਲੇ ਨਾਂ ਦੀ ਚੀਜ਼ ਹੀ ਨਹੀਂ ਹੈਗੀ ਟਰੱਕ ਫੜ ਲੈਂਦੇ ਯਾਰ ਥੋੜ੍ਹਾ ਹੌਲੀ ਚਲਾਓ ਬੇਸ਼ਕ ਨਾ ਚਲਾਓ ਰੋਡ 'ਤੇ ਵਿਜੀਬਿਲਟੀ ਹੈ ਨਹੀਂ ਇੰਨੇ ਵੱਡਾ ਹੀ ਆ ਤੇ ਟਰੱਕ ਲਓ ਬਾਈ ਯਾਰਡ 'ਚ ਆਪਾਂ ਆ ਗਏ ਹਾਂ ਅਤੇ ਮੇਰਾ ਤੁਹਾਨੂੰ ਤਾਲਾ ਖੋਲ ਦਈਏ ਕਿਉਂਕਿ ਹੁਣ ਇਹ ਡਿਲੀਵਰੀ ਕਰਨ ਆਪਾਂ ਤਾਂ ਜਾਣਾ ਨਹੀਂ ਹੋਰ ਕੀ ਬੰਦਾ ਜਾਊਗਾ ਹੈ ਨਾ ਸੋ ਇਹ ਆਪਣਾ ਪਰਸਨਲ ਤਾਲਾ ਏ ਤਾਰ ਰੱਖਿਆ ਕਦੀ ਲੋੜ ਹੀ ਪੈ ਜਾਂਦੀ ਆ ਉਹ ਯਾਰ ਜਾਮ ਹੋ ਗਿਆ ਜੇ ਬੜਾ ਗਰਕ ਹੋ ਜਾਏਗਾ ਉਹ ਖੁੱਲ ਜਾਓ ਜੀ ਤੇਰਾ ਆਪਣਾ ਜੇ ਵਿਚਾਰਾ ਠੰਡ ਦਾ ਹੀ ਜਾਮ ਹੋ ਗਿਆ ਕਰ ਲਓ ਖੁੱਲ੍ਹ ਗਿਆ ਵੇ ਗਲਵਜ਼ ਪਾ ਕੇ ਖੁੱਲ੍ਹਾ
ਉਹ ਠੰਡ ਬਹੁਤ ਬਾਈ ਉੱਥੇ ਬਹੁਤ ਠੰਡ ਆ ਵੀ ਸਨੋ ਵੇਖ ਸਕਦੇ ਤੁਸੀਂ ਸਾਰੇ ਦਾ ਬਣਿਆ ਨਾ ਕੰਮ ਹਾਲ ਪੂਰਾ ਚਲੋ ਇੱਥੇ ਬੈਗ ਕਰ ਦਈਏ ਟਰੱਕ ਲਾ ਦਈਏ ਅਤੇ ਆਪਾਂ ਚੱਲੀਏ ਘਰਾਂ ਨੂੰ ਫਿਰ ਮੈਂ ਤਾਂ ਕਰਦਾ ਹੁਣ ਮੇਰਾ ਬੈਗ ਬੁੱਕ ਲਾਉਣਾ ਟਰੱਕ ਬਾਈ ਲਓ ਮਿੱਤਰੋ ਟਰੱਕ ਆਪਾਂ ਲਾ ਤਾ ਅਤੇ ਯਾਰ ਬਾਹਰ ਠੰਡ ਬੜੀ ਨਹੀਂ ਤਾਂ ਬਾਹਰ ਆਪਾਂ ਬਾਹਰ ਵੀਡੀਓ ਦਾ ਐਂਡ ਕੱਢਣਾ ਸੀ ਸੋ ਅੱਜ ਦੀ ਵੀਡੀਓ ਆਪਣੀ ਇੰਨੀ ਆ ਪਤਾ ਨਹੀਂ ਕਿੰਨੇ ਕੁ ਮਿੰਟ ਦੀ ਵੀਡੀਓ ਬਣੀ ਪਰ ਦੱਸਿਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਬਾਈ ਜੀ ਅਤੇ ਆਹ ਹਰੀਆ ਇਹ ਲੈਣਾ ਆਪਾਂ ਨੂੰ ਹੈਲੋ ਸਤਿ ਸ਼੍ਰੀ ਅਕਾਲ ਕਹਿਣਾ ਸਤਿ ਸ਼੍ਰੀ ਅਕਾਲ ਹਾਂ ਚਲੋ ਬਾਈ ਅਤੇ ਆਪਾਂ ਚੱਲੀਏ ਘਰੇ ਠੰਡ ਬਹੁਤ ਆ ਅਤੇ ਅੱਜ ਹੈਗਾ ਸੰਡੇ ਅਤੇ ਮੇਰਾ ਤਾਂ ਆਪਾਂ ਹੁਣੇ ਅੱਜ ਘਰੇ ਆ ਗਿਆ ਸੀ ਵਲੋਗ ਆਪਾਂ ਐਡਿਟ ਕਰਕੇ ਅਤੇ ਆਪਾਂ ਅੱਜ ਹੀ ਪਾ ਦੇਣਾ ਠੀਕ ਹੈ ਜੀ ਸੋ ਇਹ ਅੱਜ ਦੀ ਵੀਡੀਓ ਆ ਮਤਲਬ ਅੱਜ ਆਪਾਂ ਐਂਡ ਕਰ ਲਾਂਗੇ ਅੱਜ ਹੀ ਆਪਾਂ ਵਲੋਗ ਐਡਿਟ ਕਰਕੇ ਪਾ ਦਾਂਗੇ ਬਾਕੀ ਚਲੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ ਅਤੇ ਸਤਿ ਸ਼੍ਰੀ ਅਕਾਲ